ਪੋਲਿਟিক্যাল ਪ੍ਰिजनਰ ਉਹਨਾਂ ਨੂੰ ਬਣਾਇਆ ਹੋਇਆ ਬੰਦੀ ਸਿੰਘਾਂ ਨੂੰ ਜੇਲ੍ਹ ਵਿੱਚੋਂ ਉਹਨਾਂ ਨੂੰ ਨਹੀਂ ਛੱਡੇ ਜਾ ਰਿਹਾ ਸਜ਼ਾ ਉਹਨਾਂ ਦੀ ਭਾਵੇਂ ਪੂਰੀ ਹੋ ਵੀ ਚੁੱਕੀ ਹੈ ਤੇ ਇੱਥੇ ਮੈਂ ਧਰਮ ਨੂੰ ਥੋੜਾ ਜਨਾ ਸਾਈਡ ਤੇ ਕੱਢ ਕੇ ਦੇਖਾਂਗਾ ਸਿਰਫ ਮੈਂ ਰੈਸ਼ਨਲ ਤਰੀਕੇ ਨਾਲ ਜਾਂ ਲੌਜੀਕਲ ਤਰੀਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ 인ਡੀਪੈਂਡੈਂਸ ਡੇ ਜਦੋਂ ਹੋਇਆ ਜਦੋਂ ਪਾਰਟੀਸ਼ਨ ਹੋਈ ਇੰਡੀਆ ਦੀ 2 ਮਿਲੀਅਨ ਇੰਡੀਅਨ ਮਰੇ ਉਸ ਕਿੰਨੇ ਪੰਜਾਬੀ ਹੋਣਗੇ ਕਿਉਂਕਿ ਜ਼ਿਆਦਾਤਰ ਤੇ ਪੰਜਾਬੀ ਹੀ ਸੀ ਜੋ ਇੱਧਰ ਉੱਧਰ ਗਏ 2 ਮਿਲੀਅਨ ਇੰਡੀਅਨ ਮਰੇ ਤੇ ਅੱਜ ਪਾਕਿਸਤਾਨ ਜਦੋਂ ਆਪਾਂ ਪੰਜਾਬ 'ਚ ਗੱਲ ਕਰਦੇ ਆ ਨਾ ਇਹ ਤੇ ਆਪਣੇ ਵੀਰ ਨੇ ਇਹ ਤੇ ਆਪਣੇ ਭਰਾ ਨੇ ਉਹ ਗੁੱਸਾ ਕਿੱਥੇ ਵੇ ਠੀਕ ਉਹ ਗੁੱਸਾ ਕਿੱਥੇ ਵੇ 1984 ਦੇ ਵਿੱਚ ਓਕੇ ਜੀ ਇੱਕ ਹੋਰ ਐਪੀਸੋਡ ਲੈ ਕੇ ਹਾਜ਼ਰ ਆ ਆਫਿਸ ਦੇ ਵਿੱਚੋਂ ਤੇ ਆਈ نو YouTube ਤੇ ਜਿਹੜੇ ਬੰਦੇ ਸੁਣਦੇ ਨੇ ਉਹਨਾਂ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਆਡੀਓ ਦਾ ਬਲ ਜਿਹੜੇ ਪੌਡਕਾਸਟਿੰਗ ਐਪ ਦੇ ਥਰੂ ਸੁਣਦੇ ਪਏ ਨੇ ਪੌਡਕਾਸਟ ਭਾਵੇਂ Spotify ਹੋਵੇ ਪਾ ਮੇ ਐਪਲ ਪੋਡਕਾਸਟ ਹੋਵੇ ਉਹਨਾਂ ਲਈ ਮੈਂ ਥੋੜੀ ਜੀ ਮਾਫੀ ਮੰਗਦਾ ਹਾਂ ਆਈ نو ਕਿ ਆਡੀਓ ਇਜ਼ ਨਾਟ ਪਰਫੈਕਟ ਅ ਅਪੀਸੋਡ ਸ਼ਾਇਦ ਇੱਕ ਹੋਰ ਮੈਂ ਆਫਿਸ ਦੇ ਵਿੱਚ ਰਿਕਾਰਡ ਕਰਾਂਗਾ ਕਿਉਂਕਿ ਸਟੂਡੀਓ ਦੇ ਵਿੱਚ ਉਹ ਮਾਹੌਲ ਨਹੀਂ ਬਣੰਦਿਆ ਤੇ ਬਸ ਥੋੜਾ ਜਿਹਾ ਬੇਅਰ ਕਰੋ ਤੇ ਅੱਜ ਦਾ ਅਪੀਸੋਡ 15 ਅਗਸਤ ਦੇ ਉੱਤੇ ਅੱਜ ਦਾ ਅਪੀਸੋਡ ਆਪਣੇ ਇੰਡੀਪੈਂਡੈਂਸ ਡੇ ਦੇ ਉੱਤੇ ਕਿਉਂਕਿ ਰੀਸੈਂਟਲੀ ਇੰਡੀਪੈਂਡੈਂਸ ਡੇ ਲੰਘ ਕੇ ਗਿਆ ਤੇ ਇੱਥੇ ਜਿਆਦਾ ਨਾ ਯਾਦ ਨਹੀਂ ਰਹਿੰਦਾ ਕੋਈ ਅਗਸਤ ਮਹੀਨਾ ਉਦੋਂ ਮੇ ਕੋਈ ਸਿਗਨੀਫੀਕੈਂਟ ਮੰਥ ਨਹੀਂ ਮੇਰੇ ਵਾਸਤੇ 15 ਅਗਸਤ ਕਰਕੇ ਹੀ ਮੈਨੂੰ ਯਾਦ ਰਹਿੰਦਾ ਅਗਸਤ ਦਾ ਮਹੀਨਾ ਭਾਵੇਂ 26 ਜਨਵਰੀ ਵੀ ਹੋਵੇ ਨਾ ਯਾਦ ਨਹੀਂ ਰਹਿੰਦਾ ਇੰਨਾ ਕੁਝ ਬਟ ਇੰਡੀਆ ਦੇ ਵਿੱਚ ਸਕੂਲ ਦੇ ਟਾਈਮ ਨਾ ਇੱਕ ਵਧੀਆ ਮਾਹੌਲ ਹੁੰਦਾ ਸੀ ਇਹ ਮਹੀਨੇ ਦੇ ਵਿੱਚ ਜਾਂ 15 ਅਗਸਤ ਦੇ ਅਰਾਊਂਡ ਸਕੂਲੇ ਜਾਣਾ 14 ਅਗਸਤ ਵਾਲੇ ਦਿਨ ਹਾਫਡੇ ਹੁੰਦਾ ਸੀ ਲੱਡੂ ਮਿਲਨੇ ਦੇਸ਼ ਪ੍ਰੇਮ ਦੇ ਗੀਤ ਗਾਉਣੇ ਤੇ ਪੜ੍ਹਾਈ ਨਹੀਂ ਸੀ ਹੁੰਦੀ ਖੁਸ਼ੀ ਵਾਲਾ ਮਾਹੌਲ ਬੱਚੇ ਨੂੰ ਕਹਿ ਲਈ ਨਾ ਕਿ ਸਕੂਲੇ ਪੜ੍ਹਾਈ ਨਹੀਂ ਹੋਣੀ ਸਿਰਫ ਕੱਪੜੇ-ਕੋਪੜੇ ਪਾ ਕੇ ਤੁਸੀਂ ਆ ਜਾਓ ਤੇ ਉਹ ਵਧੀਆ ਲੱਗਦਾ ਸੀ ਫਿਰ ਹਾਫਡੇ ਤੋਂ ਬਾਅਦ ਘਰੇ ਆਉਣਾ 15 ਅਗਸਤ ਦੀ ਵੇਟ ਰਹਿਣੀ ਕਿਉਂਕਿ ਟੀਵੀ ਤੇ ਮੂਵੀ ਆਉਣੀ ਸੀ ਤੇ ਮੂਵੀ ਵੀ ਕੋਈ ਦੇਸ਼ ਪ੍ਰੇਮ ਵਾਲੀ ਹੁੰਦੀ ਸੀ ਲੜਾਈਆਂ ਹੋਣੀਆਂ ਉਹ ਚੀਨ-ਇੰਡੀਆ-ਪਾਕਿਸਤਾਨ ਦਾ ਨਾ ਮਾਹੌਲ ਦਰਸਾਇਆ ਜਾਂਦਾ ਸੀ ਤੇ ਉਸ ਟਾਈਮ ਸਿਰਫ ਡੀਡੀ 1 ਹੁੰਦਾ ਸੀ ਤੇ ਸਰਕਾਰ ਕਹਿ ਲਈ ਕਿ ਡੈਲੀਬਰਟਲੀ ਜਾਂ ਇੰਟੈਂਸ਼ਨਲੀ ਉਹਦਾਂ ਦੀਆਂ ਮੂਵੀਆਂ ਚਲਾਉਂਦੀ ਸੀ ਤਾਂ ਕਿ ਨਾ ਇੱਕ ਵਧੀਆ ਮਾਹੌਲ 14 15 16 ਅਗਸਤ ਦੇ ਅਰਾਊਂਡ ਬਣੇ ਤੇ ਬੱਚੇ ਆਪਣੇ ਦੇਸ਼ ਨੂੰ ਪਿਆਰ ਕਰਨ ਕਿਉਂਕਿ ਜਦੋਂ ਤੁਸੀਂ ਮੂਵੀਆਂ ਦੇਖਦੇ ਹੋ ਨਾ ਜਿਦਾਂ ਤੁਸੀਂ ਸੁਪਰ ਹੀਰੋ ਮੂਵੀ ਵੀ ਦੇਖਦੇ ਹੋ ਤੁਹਾਨੂੰ ਹੁੰਦਾ ਕਿ ਯਾਰ ਮੈਂ ਸੁਪਰਮੈਨ ਬਣ ਜਾਆ ਬੈਟਮੈਨ ਬਣ ਜਾ ਮੇਰੇ ਦਿਮਾਗ 'ਤੇ ਹੁਣ ਵੀ ਹੈ ਨਾ ਕਿ ਬੈਟਮੈਨ ਲੈ ਕੇ ਬੜੇ ਮੈਜਿਨ ਕਰੋ ਕੋਈ ਬੱਚਾ ਦੇਖਦਾ ਪਿਆ ਫੌਜੀ ਨੂੰ ਲੜਦੇ ਹੋਏ ਆਪਣੇ ਇੱਕ ਦੁਸ਼ਮਣ ਦੇਸ਼ ਦੇ ਨਾਲ ਉਹਦੇ ਅੰਦਰ ਕਿਦਾਂ ਦਾ ਇੱਕ ਪਿਆਰ ਉਮੜੇਗਾ ਦੇ ਪ੍ਰੋਪਗੈਂਡਾ ਕਹਿ ਲਵਾਂ ਨਹੀਂ ਪ੍ਰੋਪਗੈਂਡਾ ਮੈਂ ਨਹੀਂ ਕਹਾਂਗਾ ਕਿਉਂਕਿ ਪ੍ਰੋਪਗੈਂਡਾ ਨਾ ਇੱਕ 네ਗੇਟਿਵ ਵਰਡ ਹੈ ਆ ਦੇਸ਼ ਪ੍ਰੇਮ ਦੇ ਪ੍ਰਤੀ ਪਿਆਰ ਆ ਦੇਣਾ ਜਨਤਾ ਨੂੰ ਹਰੇ ਕੰਟਰੀ ਦਾ ਚਾਹੁੰਦੀ ਹੈ ਕਿ ਉਹਨਾਂ ਦੇ ਸਿਟੀਜ਼ਨਸ ਉਹਨਾਂ ਦੇ ਜੋ ਬੱਚੇ ਉਹਨਾਂ ਦੀ ਪਨੀਰੀ ਜੋ ਗਰੋ ਅਪ ਹੁੰਦੀ ਪਈ ਹੈ ਉਹ ਦੇਸ਼ ਨੂੰ ਪਿਆਰ ਕਰੇ ਤਾਂ ਕਿ ਫਿਊਚਰ ਦੇ ਵਿੱਚ ਉਹ ਦੇਸ਼ ਵਾਸਤੇ ਕੋਈ ਨਾ ਕੋਈ ਕੰਮ ਕਰੇ ਦੇਸ਼ ਦਾ ਕੋਈ ਸਾਇੰਟਿਸਟ ਬਣੇ ਦੇਸ਼ ਦਾ ਕੋਈ ਜਰਨਲਿਸਟ ਬਣੇ ਦੇਸ਼ ਦਾ ਕੋਈ ਫੌਜੀ ਬਣੇ ਯਾ ਦੇਸ਼ ਦਾ ਕੋਈ ਵਧੀਆ ਨੇਤਾ ਜਾਂ ਲੀਡਰ ਬਣੇ ਹਰ ਇੱਕ ਕੰਟਰੀ ਦਾ ਚਾਹੁੰਦੀ ਹੈ ਤੇ ਇੱਕ ਵਧੀਆ ਗੱਲ ਹੈ ਹਰ ਇੱਕ ਕੰਟਰੀ ਆਪਣੇ ਹਿਸਾਬ ਨਾਲ ਇਹ ਚੀਜ਼ ਕਰਦੀ ਪਈ ਹੁਣ ਜਦੋਂ ਸਪੋਰਟਸ ਨੂੰ ਲੈ ਕੇ ਦੇਖ ਲਈਏ ਕਿ ਉਦਾਂ ਤੇ ਮੈਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਬਟ ਜਦੋਂ ਇੰਡੀਆ ਦਾ ਪਾਕਿਸਤਾਨ ਦਾ ਮੈਚ ਹੁੰਦਾ ਨਾ ਤੇ ਇੰਡੀਅਨ ਵਾਲਾ ਜਜ਼ਬਾ ਬੜਾ ਜ਼ਿਆਦਾ ਆ ਜਾਂਦਾ ਮੇਰੇ ਅੰਦਰ ਤੇ 올림픽ਸ ਦੇ ਵਿੱਚ ਵੀ ਉਦਾਂ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਟ ਜਦੋਂ ਇੰਡੀਆ ਦੀ ਗੱਲ ਹੁੰਦੀ ਹੈ ਇੱਕ ਇੰਡੀਅਨ ਵਾਲਾ ਜੋਸ਼ ਉਹ ਆ ਜਾਂਦਾ ਅੰਦਰ ਤੇ ਉਹ ਸਪੋਰਟਸ ਦੀ ਗੱਲ ਵੀ ਲੈ ਲਈਏ ਠੀਕ ਹੈ ਬੜੇ ਇਦਾਂ ਦੇ ਤਰੀਕੇ ਨੇ ਕਿ ਸਰਕਾਰਾਂ ਤੁਹਾਨੂੰ ਕਾਈਂਡ ਆਫ ਮੈਨੀਪੂਲੇਟ ਅਗੇਨ ਮੈਂ ਕਹਾਂ ਕਿ ਇੱਕ ਬੜਾ ਨੈਗੇਟਿਵ ਜਿਹਾ ਵਰਡ ਹੈ ਕਿ ਤੁਹਾਡੇ ਦਿਮਾਗ ਨੂੰ ਮੈਨੀਪੂਲੇਟ ਕਰਦੀ ਹੈ ਤਾਂ ਕਿ ਤੁਸੀਂ ਦੇਸ਼ ਨੂੰ ਪਿਆਰ ਕਰੋ ਹੁਣ ਚਾਈਨਾ ਦੀ ਵੀ ਮੈਂ ਗੱਲ ਕਰਾਂ ਟਿਕਟੌਕ ਦੀ ਮੈਂ ਬੜੀ ਯਾਰੀ ਗੱਲ ਕੀਤੀ ਹੈ ਕਿ ਇੱਕ ਇਨਫੋਰਮੇਸ਼ਨ ਵਾਰਫੇਅਰ ਚੱਲੰਦਿਆ ਹੈ ਹੁਣ ਲੜਾਈਆਂ ਤਾਂ ਚਲੋ ਬਹੁਤ ਘੱਟ ਲੱਗਦੀਆਂ ਨੇ ਠੀਕ ਹੈ ਯੂਕਰੇਨ ਰਸ਼ੀਆ ਦੀ ਵਾਰ ਚੱਲੰਦਈ ਹੈ ਹੋਰ ਵੀ ਥੋੜੀਆਂ ਛੋਟੀਆਂ ਮੋਟੀਆਂ ਵਾਰਾਂ ਚੱਲਦੀਆਂ ਪਈਆਂ ਨੇ ਬਟ ਜੋ ਮੇਨ ਵਾਰ ਹੈ ਸਭ ਤੋਂ ਤਗੜੀ ਉਏ ਇਨਫੋਰਮੇਸ਼ਨ ਵਾਰਫੇਅਰ ਕਿ ਗਲਤ ਇਨਫੋਰਮੇਸ਼ਨ ਦੇ ਕੇ ਲੋਕਾਂ ਨੂੰ ਬੇਵਕੂਫ ਬਣਾਉਣਾ ਤੇ ਸਭ ਤੋਂ ਜ਼ਿਆਦਾ ਸਕਸੈਸਫੁਲ ਹੈ ਉਹਦੇ ਵਿੱਚ ਚਾਈਨਾ ਜਾਂ ਰਸ਼ੀਆ ਰਸ਼ੀਆ ਕਰੰਦੇ ਆ ਅਮਰੀਕਾ ਦੇ ਵਿੱਚ ਤੇ ਚਾਈਨਾ ਕਰੰਦਾ ਪੂਰੀ ਦੁਨੀਆ ਦੇ ਵਿੱਚ ਤੇ ਚਾਈਨਾ ਨੇ ਟਿਕਟੌਕ ਦੀ ਮੈਂ ਜਿੱਦਾਂ ਮੈਂ ਕਿਹਾ ਬੜੀ ਵਾਰੀ ਪਹਿਲਾਂ ਗੱਲ ਕੀਤੀ ਹੈ ਕਿ ਜੋ ਚਾਈਨਾ ਦੇ ਅੰਦਰ ਟਿਕਟੌਕ ਹੈ ਤੇ ਚਾਈਨਾ ਦੇ ਬਾਹਰ ਜਿਹੜਾ ਟਿਕਟੌਕ ਹੈ ਉਹ 'ਚ ਬੜਾ ਫਰਕ ਹੈ ਚਾਈਨਾ ਤੋਂ ਬਾਹਰ ਵਾਲਾ ਟਿਕਟੌਕ ਸਾਰੇ ਬੰਦਿਆਂ ਨੂੰ ਬੇਵਕੂਫ ਬਣਾਉਂਦਾ ਸਾਰੇ ਜਿਹੜੇ ਕੰਜ਼ਿਊਮ ਕਰਦੇ ਨੇ ਜਿਹੜੇ ਵੀ ਕੰਟੈਂਟ ਬਣਾਉਂਦੇ ਪਏ ਨੇ ਉਹੀ ਸਟੱਫ ਵਾਇਰਲ ਜਾਏਗਾ ਜਿਹੜਾ ਥੋੜਾ ਕੰਟਰੋਵਰਸ਼ਲ ਹੋਏਗਾ ਉਹੀ ਸਟੱਫ ਵਾਇਰਲ ਜਾਏਗਾ ਜੋ ਥੋੜਾ ਜਿਹਾ ਸਟੂਪਿਡ ਹੋਏਗਾ ਐਦਾਂ ਦੀਆਂ ਚੀਜ਼ਾਂ ਟ੍ਰੈਂਡਿੰਗ ਕਰਦੀਆਂ ਨੇ ਠੀਕ ਹੈ ਤੇ ਜਿਹੜੇ ਬੱਚੇ ਕੰਜ਼ਿਊਮ ਵੀ ਕਰਦੇ ਨੇ ਉਹ ਵੀ ਉਹ ਜਦੋਂ ਚੀਜ਼ ਨੂੰ ਦੇਖਦੇ ਆ ਯਾਰ ਜਿਹੜਾ ਬੰਦਾ ਵਾਇਰਲ ਜਾਂਦਾ ਪਿਆ ਉਹ ਕਿੰਨਾ ਸਟੂਪਿਡ ਹੈ ਮੈਂ ਵੀ ਕਿਉਂ ਨਾ ਸਟੂਪਿਡ ਚੀਜ਼ ਕਰਾਂ ਤੇ ਚਾਈਨਾ ਦੇ ਅੰਦਰ ਜਿਹੜਾ ਟਿਕਟੋਕ ਚੱਲੰਦਿਆ ਉਹਦੇ ਵਿੱਚ ਦੇਸ਼ ਪ੍ਰੇਮ ਦੀਆਂ ਗੱਲਾਂ ਹੁੰਦੀਆਂ ਉਹਦੇ ਵਿੱਚ ਸਾਇੰਸ ਦੀਆਂ ਗੱਲਾਂ ਹੁੰਦੀਆਂ ਮੈਦ ਦੀਆਂ ਗੱਲਾਂ ਹੁੰਦੀਆਂ ਤੇ ਜਿਹੜੇ ਬੱਚੇ ਗਰੋਅ ਅਪ ਕਰਦੇ ਪਏ ਨੇ ਚਾਈਨਾ ਦੇ ਵਿੱਚ ਉਹ ਕਿੰਨੇ ਸਮਾਰਟ ਹੋਣਗੇ ਜਾਂ ਦੇਸ਼ ਦੇ ਪ੍ਰਤੀ ਉਹਨਾਂ ਦਾ ਪਿਆਰ ਕਿੰਨਾ ਜ਼ਿਆਦਾ ਹੋਏਗਾ ਅਮਰੀਕਾ ਆਪਣੇ ਹਿਸਾਬ ਨਾਲ ਕਰਦਾ ਹੋਏਗਾ ਆਪਣੇ ਸਿਟੀਜ਼ਨਸ ਦਾ ਇੰਡੀਆ ਆਪਣੇ ਹਿਸਾਬ ਨਾਲ ਇੰਡੀਆ ਜਿੱਦਾਂ ਹੁਣ ਵਟਸਐਪ ਦੀ ਵੀ ਇੱਕ ਯੂਨੀਵਰਸਿਟੀ ਹੈ ਠੀਕ ਹੈ ਉਹਦੇ ਵਿੱਚ ਇਨਫੋਰਮੇਸ਼ਨ ਭਾਵੇਂ ਗਲਤ ਏ ਇਨਫੋਰਮੇਸ਼ਨ ਭਾਵੇਂ ਚੰਗੀ ਏ ਉਹ ਵਟਸਐਪ ਯੂਨੀਵਰਸਿਟੀ ਦਾ ਕੰਮ ਏ ਧਿਆਨ ਲੋਕਾਂ ਦਾ ਸਿਰਫ ਇੰਡੀਆ ਦੇ ਅੰਦਰ ਰੱਖਣਾ ਠੀਕ ਹੈ ਇੰਡੀਆ ਦੇ ਪ੍ਰਤੀ ਪਿਆਰ ਜਗਾਉਣਾ ਬੜ ਕਿਤੇ ਨ ਕਿਤੇ ਉਹ ਚੀਜ਼ ਗਲਤ ਹੁੰਦੀ ਪਈ ਹੈ ਕਿਉਂਕਿ ਬੀਜੇਪੀ ਦਾ ਉਹਦੇ ਵਿੱਚ ਜ਼ਿਆਦਾ ਕੰਮ ਆਉਂਦਾ ਪਿਆ ਨਾ ਕਿ ਇੰਡੀਆ ਦਾ ਠੀਕ ਹੈ ਬੀਜੇਪੀ ਵੱਲ ਨੂੰ ਜ਼ਿਆਦਾ ਪਿਆਰ ਕਰਵਾਇਆ ਜਾ ਰਿਹਾ ਚਲੋ ਇਹ ਇੱਕ ਕਹਿ ਲਈਏ ਕਿ ਇੱਕ ਭੂਮਿਕਾ ਵਿੱਚ ਬੰਨੀ ਹੈ 15 ਅਗਸਤ ਦੀ ਜਾਂ ਆਜ਼ਾਦੀ ਵਾਲੇ ਦਿਨ ਦੀ ਜਿੱਦਾਂ ਮੈਂ ਕਿਹਾ ਕਿ 15 ਅਗਸਤ ਦਿਨ ਦਾ ਸਿਗਨੀਫਿਕੈਂਸ ਬਾਹਰ ਆ ਕੇ ਬੰਦਾ ਭੁੱਲ ਜਾਂਦਾ ਠੀਕ ਹੈ ਦਿਮਾਗ ਦੇ ਵਿੱਚ ਨਹੀਂ ਰਹਿੰਦਾ ਕਿਉਂਕਿ ਆਪਾਂ ਜਦਾ ਇੰਡੀਅਨਸ ਦੇ ਨਾਲ ਨਹੀਂ ਕਰੇ ਹੋਏ ਵੈਸ ਦੀਆਂ ਕੰਟਰੀ ਦੇ ਮੈਂ ਗੱਲ ਕਰੰਦੇ ਆ ਬਟ ਇੱਕ ਚੀਜ਼ ਮੈਂ ਦੇਖੀ ਸੋਸ਼ਲ ਮੀਡੀਆ ਦੇ ਉੱਤੇ ਚਲੋ ਦੇਸ਼ 'ਚ ਭਗਤੀ ਦੀ ਗੱਲ ਤੇ ਕੀ ਹੋਣੀ ਸੀ ਪ੍ਰੋਟੈਸਟ ਬੜੇ ਚੱਲ ਰਹੇ ਹੁੰਦੇ ਸੀ ਅੰਬੈਸੀ ਦੇ ਆਰਾਊਂਡ ਇੰਡੀਆ ਦੀ ਅੰਬੈਸੀ ਦੇ ਆਰਾਊਂਡ ਤੇ ਮੈਂ ਬੜੇ ਜਾਣਿਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਯਾਰ ਇਹ ਪ੍ਰੋਟੈਸਟ ਦਾ ਕੀ ਕਾਰਨ ਹੈ ਕਿਉਂ ਇੰਨੇ ਦਾ ਪ੍ਰੋਟੈਸਟ ਹੁੰਦੇ ਬੈ ਰਹੇ ਤੇ ਇੱਕ ਵੀ ਆਨਸਰ ਮੈਨੂੰ ਇੱਕ ਲਿਜਿਟ ਨਹੀਂ ਲੱਗਿਆ ਤੇ ਜਾਂ ਤੇ ਹੋਵੇ ਨਾ ਕਿ ਇੱਕ ਰੀਜ਼ਨ ਹੈ ਅ ਇਮੇਜਿਨ ਕਰੋ ਜਦੋਂ ਫਾਰਮਿੰਗ ਪ੍ਰੋਟੈਸਟ ਚੱਲੰਦਿਆ ਸੀ ਪ੍ਰੋਟੈਸਟ ਹੁੰਦੇ ਪਏ ਸੀ ਅੰਬੈਸੀਆਂ ਦੇ ਬਾਹਰ ਇੰਡੀਅਨ ਅੰਬੈਸੀਆਂ ਦੇ ਬਾਹਰ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਉਹਦੇ ਵਿੱਚ ਸੈਂਸ ਬੰਦੀ ਸੀ ਕਿ ਯਾਰ ਫਾਰਮਿੰਗ ਪ੍ਰੋਟੈਸਟ ਹੈ ਤੁਸੀਂ ਫਾਰਮ ਜਿਹੜੇ ਲਾਅ ਨੇ ਵਾਪਸ ਲਾਓ ਉਹ ਮੈਨੂੰ ਪਤਾ ਸੀ ਕਿ ਇੱਕ ਅਜੰਡਾ ਚੱਲੰਦਿਆ ਹੈ ਇੱਕ ਆਪਣਾ ਟਾਰਗੇਟ ਹੈ ਇੱਕ ਆਪਣਾ ਆਬਜੈਕਟਿਵ ਹੈ ਤੇ ਉਹਦੇ ਪ੍ਰੋਟੈਸਟ ਸੈਂਸ ਕਰਦੇ ਸੀ ਪਰ 15 ਅਗਸਤ ਤੇ ਜਿਹੜੇ ਪ੍ਰੋਟੈਸਟ ਹੁੰਦੇ ਪਏ ਸੀ ਅੰਬੈਸੀਆਂ ਦੇ ਆਰਾਊਂਡ ਉਹ ਦਿਮਾਗ ਮੇਰੇ ਨਹੀਂ ਪਏ ਤੇ ਮੈਂ ਪੁੱਛਿਆ ਵਾਵਾ ਜਾਣਿਆਂ ਨੂੰ ਕਿ ਇਹਦੇ ਕੀ ਕਾਰਨ ਹੋ ਸਕਦੇ ਨੇ ਤੇ ਵੱਖਰੇ ਵੱਖਰੇ ਆਨਸਰ ਮੈਨੂੰ ਮਿਲੇ ਤੇ ਇੱਕ ਜੋ ਤਿੰਨ ਆਨਸਰ ਮੈਂ ਕੱਢੇ ਉਹ ਆਨਸਰ ਸੀ ਜੋ ਬਹੁਤ ਜ਼ਿਆਦਾ ਕਾਮਨ ਸੀ ਉਹ ਸੀ ਇੱਕ ਤੇ ਖਾਲਿਸਤਾਨ ਮੂਵਮੈਂਟ ਹੋ ਗਈ ਨਾ ਤੇ ਉਹ ਅੰਡਰਸਟੈਂਡੇਬਲ ਹੈ ਕਿ ਜਿਹੜਾ ਨੈਰੇਟਿਵ ਇੱਕ ਖਾਲਿਸਤਾਨ ਦਾ ਬਣਿਆ ਹੋਇਆ ਉਹਨੂੰ ਤੋੜਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਫਿਰ ਦੂਜਾ ਆਨਸਰ ਸਭ ਤੋਂ ਜ਼ਿਆਦਾ ਮਿਲਿਆ ਕਿ 인ਡੀਪੈਂਡੈਂਸ ਡੇ ਜੋ ਮਨਾਇਆ ਜਾ ਰਿਹਾ ਸਿੱਖਾਂ ਦੇ ਨਾਲ 1947 ਦੇ ਵਿੱਚ ਧੋਖਾ ਹੋਇਆ ਸੀ ਸਿੱਖਾਂ ਨੂੰ ਉਦੋਂ ਖਾਲਸਾਤਨ ਨਹੀਂ ਮਿਲੀ ਜੋ ਮਿਲਿਆ ਜੋ ਤਾਰਾ ਸਿੰਘ ਨੇ ਪ੍ਰੋਮਿਸਸ ਕੀਤੀਆਂ ਗਈਆਂ ਸੀ ਉਹ ਪ੍ਰੋਮਿਸ ਫੁਲਫਿਲਮੈਂਟ ਨਹੀਂ ਹੋਈ ਪਾਕਿਸਤਾਨ ਬਣ ਗਿਆ ਇੰਡੀਆ ਆ ਗਿਆ ਇੱਧਰ ਤੇ ਜੋ ਵਿਚਾਰਲਾ ਇੱਕ ਏਰੀਆ ਆਪਾਂ ਨੂੰ ਮਿਲਣਾ ਚਾਹੀਦਾ ਸੀ ਉਹ ਆਪਾਂ ਨੂੰ ਨਹੀਂ ਮਿਲਿਆ ਦੂਜਾ ਆਨਸਰ ਮੇਨ ਤੇ ਤੀਜਾ ਆਨਸਰ ਬਹੁਤ ਜ਼ਿਆਦਾ ਕਾਮਨ ਮੈਨੂੰ ਮਿਲਿਆ ਉਹ ਸੀ ਸਿੱਖਾਂ ਨੂੰ ਇੰਡੀਆ ਦੇ ਵਿੱਚ ਆਜ਼ਾਦੀ ਨਹੀਂ ਹੈ ਸਿੱਖਾਂ ਨੂੰ ਇੰਡੀਆ 'ਚ ਆਜ਼ਾਦੀ ਨਹੀਂ ਜਿਦਾ ਬੰਦੀ ਸਿੰਘ ਦੇਖ ਲਓ ਠੀਕ ਅਮਰਿਤਪਾਲ ਸਿੰਘ ਦੇਖ ਲਓ ਤੇ ਤਿੰਨੇ ਆਨਸਰ ਲੈ ਕੇ ਮੈਂ ਨਾ ਦੇਖਣਾ ਚਾਹਿਆ ਕਿ ਕੀ ਇਹ ਚੀਜ਼ਾਂ ਕਰੈਕਟ ਨੇ ਪਹਿਲੋਂ ਤੇ ਖਾਲਿਸਤਾਨ ਨੈਰੇਟਿਵ ਦੀ ਆਪਾਂ ਗੱਲ ਕਰਦੇ ਆ ਕਿ ਉਹਨ ਖਾਲਿਸਤਾਨ ਨੈਰੇਟਿਵ ਕਾਫੀ ਟਾਈਮ ਤੋਂ ਚੱਲਿਆ ਆ ਰਿਹਾ ਤੇ ਮੇਰਾ ਵੀ ਇੱਕ ਸਟਾਂਸ ਬਣਿਆ ਹੋਇਆ ਕਿ ਖਾਲਿਸਤਾਨ ਦੇ ਉੱਤੇ ਮੈਂ ਕੀ ਸੋਚਦਾ ਵਾਂ ਠੀਕ ਹੈ ਹੁਣ ਹਰੇਕ ਬੰਦੇ ਨੂੰ ਇੰਡੀਪੈਂਡੈਂਸ ਹੈ ਹਰੇਕ ਬੰਦੇ ਦੀ ਫ੍ਰੀडम ਹੈ ਉਹ ਕਿਦਾਂ ਸੋਚੇ ਹੁਣ ਬੜੀਆਰੀ ਮੈਂ ਦੇਖਦਾ ਵਾਂ ਜਦੋਂ ਤੂੰ ਤੁਸੀਂ ਦੇਖਦੇ ਹੋ ਫਲੌਕਸ ਜਿੱਦਾਂ ਕਿ ਭੇਡਾਂ ਹੋ ਗਈਆਂ ਭੇਡਾਂ ਦੇ ਵਿੱਚ ਕੀ ਹੁੰਦਾ ਕਿ ਭੇਡਾਂ ਜਾਂ ਹਿਰਨ ਹੋ ਗਏ ਗਰੁੱਪ ਦੇ ਵਿੱਚ ਜਾਂ ਮੱਝਾਂ ਹੋ ਗਈਆਂ ਗਰੁੱਪ ਦੇ ਵਿੱਚ ਤੇ ਉਹ ਗਰੁੱਪ ਦੇ ਵਿੱਚ ਹੀ ਸਰਵਾਈਵ ਕਰ ਸਕਦੀਆਂ ਨੇ ਤੇ ਜੇ ਟੀ ਵੀ ਮੱਝ ਗਰੁੱਪ ਤੋਂ ਮਾਹਲਾ ਜਾਂ ਬਾਹਰ ਜਾਏਗੀ ਨਾ ਉਹ ਸ਼ਿਕਾਰ ਹੋ ਜਾਂਦਾ ਉਹਦਾ ਠੀਕ ਹੈ ਉਹ ਖਤਮ ਹੋ ਜਾਂਦੀ ਹੈ ਫਿਰ ਸ਼ੇਰਾਂ ਦੇ ਵਿੱਚ ਵੀ ਤੁਸੀਂ ਦੇਖੋ ਕਿ ਸ਼ੇਰ ਵੀ ਗਰੁੱਪ ਵਿੱਚ ਰਹਿੰਦੇ ਨੇ ਕਿ ਜਿਹੜਾ ਵੀ ਸ਼ੇਰ ਵੱਖਰਾ ਹੋ ਜਾਏਗਾ ਦੂਜਾ ਗਰੁੱਪ ਸ਼ੇਰਾਂ ਦਾ ਉਹਨੂੰ ਹਮਲਾ ਕਰ ਸਕਦਾ ਹੈ ਤੋਂ ਸਟਰੈਂਥ ਇੰਨੀ ਜ਼ਿਆਦਾ ਨਹੀਂ ਰਹਿੰਦੀ ਫਿਰ ਵੋਲਸ ਆਪਣੇ ਭੇੜੀਏ ਹੋ ਗਏ ਉਹ ਵੀ ਗਰੁੱਪ ਦੇ ਵਿੱਚ ਸ਼ਿਕਾਰ ਕਰਦੇ ਨੇ ਤੇ ਗਰੁੱਪ ਦੇ ਵਿੱਚ ਸ਼ਿਕਾਰ ਕਰਦੇ ਟਾਈਮ ਤੁਸੀਂ ਰੀਅਲਾਈਜ਼ ਕਰੋਗੇ ਕਿ ਉਹ ਪੂਰਾ ਗਰੁੱਪ ਨਾ ਇੱਕ ਐਂਟੀਟੀ ਵਾਂਗੂ ਸੋਚਣ ਦਿਆ ਹੈ ਉਹ ਵੱਖਰੇ ਵੱਖਰੇ ਨਹੀਂ ਸੋਚਦੇ ਹੁੰਦੇ ਉਹ ਪੂਰਾ ਗਰੁੱਪ ਇੱਕ ਸੋਚ ਨੂੰ ਲੈ ਕੇ ਸ਼ਿਕਾਰ ਕਰਦਾ ਪਿਆ ਤੇ ਹਿਊਮਨਸ ਨਾ ਵੀ ਮੈਂ ਆ ਕਾਫੀ ਦਿਨਾਂ ਤੋਂ ਮੈਂ ਸੋਚੰਦੇ ਆ ਪਹਿਲਾਂ ਮੈਂ ਸੋਚਦਾ ਹੁੰਦਾ ਸੀ ਕਿ ਯਾਰ ਸ਼ਾਇਦ ਇੱਕ ਬੰਦਾ ਸੋਚ ਸਕਦਾ ਹੈ ਆਪਣੇ ਵਾਸਤੇ ਬਟ ਹੌਲੀ-ਹੌਲੀ ਮੈਂ ਸੋਚਦਾ ਪਿਆ ਵਾਂ ਕਿ ਬੰਦਿਆਂ ਦੇ ਵਿੱਚ ਵੀ ਜੋ ਗਰੁੱਪ ਹੈ ਨਾ ਇੱਕ ਗਰੁੱਪ ਇੱਕ ਐਂਟੀਟੀ ਇੱਕ ਕੈਂਟੀਟੀ ਲੈ ਕੇ ਚੱਲਦਾ ਪਿਆ ਇੱਕ ਗਰੁੱਪ ਇੱਕ ਸੋਚ ਲੈ ਕੇ ਚੱਲਦਾ ਪਿਆ ਤੇ ਸ਼ਾਇਦ ਬੰਦੇ ਦਾ ਇਕੱਲਾ ਹੋਣਾ ਇੰਨਾ ਜ਼ਿਆਦਾ ਉਹਦੇ ਵਾਸਤੇ ਬੈਨੀਫੀਸ਼ੀਅਲ ਨਹੀਂ ਹੈ ਤੇ ਹੁਣ ਐਗਜ਼ਾਮਪਲ ਆ ਕੇ ਚਲੀਏ ਕਿ ਜੇ 100 ਬੰਦੇ ਇੱਕ ਰੂਮ ਦੇ ਵਿੱਚ ਨੇ ਤੇ 100 ਦੇ ਵਿੱਚੋਂ 99 ਬੰਦੇ ਬੇਵਕੂਫ ਨੇ ਤੇ ਇੱਕ ਬੰਦਾ ਹੀ ਸਿਆਣਾ ਹੈ ਤੇ ਉਹ ਇੱਕ ਬੰਦਾ ਬੇਵਕੂਫ ਹੋਏਗਾ 99 ਦੇ ਸਾਹਮਣੇ ਨਾਲ ਮੈਜੋਰਿਟੀ ਰੂਲਸ ਠੀਕ ਹੈ ਪੀਅਰ ਪ੍ਰੈਸ਼ਰ ਵੀ ਆਪਾਂ ਕਹਿ ਲੈਂਦੇ ਆ ਤੇ ਬੰਦਿਆਂ ਦੇ ਵਿੱਚ ਵੀ ਇੱਕ ਗਰੁੱਪ ਦਾ ਹੋਣਾ ਤੇ ਉਹ ਬੜਾ ਐਸੈਂਸ਼ੀਅਲ ਹੈ ਕਿਉਂਕਿ ਜਿੰਨੇ ਵੀ ਜੀਨੀਅਸ ਬੰਦੇ ਹੋਏ ਨੇ ਜਿੰਨਾ ਨਿਕੋਲਾ ਟੈਸਲਾ ਹੋ ਗਿਆ ਆਪਣਾ ਜਿੰਨੇ ਵੀ ਜੀਨੀਅਸ ਬੰਦੇ ਹੋਏ ਨੇ ਜਾਂ ਜਿਨ੍ਹਾਂ ਨੇ ਥੋੜੀ ਜਿਹੀ ਹਿੰਮਤ ਦਿਖਾਈ ਹੈ ਵੱਖਰਾ ਸੋਚਣ ਦੀ ਉਹ ਹਮੇਸ਼ਾ ਮਿਜ਼ਰੀਬਲ ਹੀ ਰਹੇ ਨੇ ਠੀਕ ਹੈ ਆਪਣੇ ਆ ਗਰੁੱਪ ਦੇ ਨਾਲ ਹੀ ਆਪਾਂ ਲਾਅ ਪਾਸ ਕਰਦੇ ਆ ਪਾਲਿਸੀਸ ਪਾਸ ਕਰਦੇ ਆ ਕਿ ਜਿਹੜਾ ਮੈਜੋਰਿਟੀ ਦੇ ਨਾਲ ਭਾਵੇਂ ਚੰਗਾ ਜਾਂ ਮਾੜਾ ਜਿੱਥੇ ਮੈਜੋਰਿਟੀ ਨਾਲ ਉਹ ਰੂਲ ਬਣ ਜਾਂਦਾ ਤੇ ਉਦਾਂ ਹੀ ਜਦੋਂ ਨੈਰੇਟਿਵਸ ਨੂੰ ਮੈਂ ਦੇਖਦਾ ਵਾਂ ਕਿ ਇੱਕ ਨੈਰੇਟਿਵ ਇੱਕ ਗਰੁੱਪ ਦੇ ਵਿੱਚ ਛੱਡਿਆ ਜਾਂਦਾ ਹੈ ਤੇ ਮੇਬੀ ਉਹ ਗਰੁੱਪ ਨੂੰ ਮੰਨਣਾ ਹੀ ਪਏਗਾ ਉਹ ਹੁਣ ਖਾਲਸਾਨ ਮੂਵਮੈਂਟ ਦੇ ਵਿੱਚ ਬਹੁਤ ਜਣਾ ਬਹੁਤ ਜਣਾ ਜੁੜੇ ਹੋਏ ਨੇ ਤੇ ਮੈਂ ਸ਼ਾਇਦ ਖਾਲਸਾਨ ਮੂਵਮੈਂਟ ਦੇ ਨਾਲ ਨਹੀਂ ਜੁੜਿਆ ਹੋਇਆ ਤੇ ਮੇਰਾ ਇੱਕ ਆਪਣਾ ਗਰੁੱਪ ਹੈ ਮੈਂ ਵੀ ਆਪਣੇ ਗਰੁੱਪ ਨੂੰ ਐਸਕੇਪ ਨਹੀਂ ਕਰ ਸਕਦਾ ਤੇ ਉਹ ਖਾਲਸਾਨ ਮੂਵਮੈਂਟ ਵਾਲੇ ਵੀ ਆਪਣੇ ਗਰੁੱਪ ਨੂੰ ਐਸਕੇਪ ਨਹੀਂ ਕਰ ਸਕਦੇ ਭਾਵੇਂ ਮੈਂ ਉਹਨਾਂ ਨਾਲ ਅਗਰੀ ਕਰਾਂ ਜਾਂ ਨਾ ਕਰਾਂ ਠੀਕ ਹੈ ਇਹ ਜਿਹੜੀ ਮੂਵਮੈਂਟ ਹੈ ਚਲਦੀ ਰਹੇਗੀ ਉਹ ਇੱਕ ਅੰਡਰਸਟੈਂਡੇਬਲ ਰਿਹਾ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਐਕਸਕਿਊਜ਼ ਚਾਹੀਦਾ ਕਿ ਜਿੱਥੇ ਵੀ ਉਹ ਖਾਲਿਸਤਾਨ ਦੀ ਮੂਵਮੈਂਟ ਦਾ ਪ੍ਰਦਰਸ਼ਨ ਕਰ ਸਕਣ ਉਹ ਕਰਦੇ ਪਏ ਨੇ ਤੇ 15 ਅਗਸਤ ਵਾਲਾ ਮਾਹੌਲ ਉਹਨਾਂ ਨੇ ਚੁਣਿਆ ਕਿ ਐਮਬੈਸੀਆਂ ਦੇ ਪ੍ਰਤੀ ਆਪਾਂ ਕਰ ਸਕਦੇ ਆ ਤੇ ਉਹਨਾਂ ਨੇ ਕੀਤਾ ਉਹ ਪਹਿਲਾ ਨੰਬਰ ਹੋ ਗਿਆ ਦੂਜਾ ਨੰਬਰ ਜੀ ਸਿੱਖਾਂ ਦੇ ਨਾਲ ਧੋਖਾ ਹੋਇਆ ਤੇ ਜਿਹੜੀ ਪਾਵਰ ਸੀਗੀ ਇੰਡੀਪੈਂਡੈਂਸ ਡੇ ਵਾਲੇ ਦਿਨ 1947 ਉਹ ਪਾਵਰਫੁਲ ਬੰਦਿਆਂ ਦੇ ਕੋਲ ਹੀ ਗਈ ਤੇ ਜਦੋਂ ਵੀ ਇੱਕ ਵੈਕਿਊਮ ਬਣਦਾ ਨਾ ਪਾਵਰ ਦਾ ਹੁਣ ਮੈਜਿਨ ਕਰੋ ਕਿ ਅੱਜ ਭਗਵੰਤ ਮਾਨ ਆਪਣਾ ਛੱਡ ਦੇਵੇ ਅਹੁਦਾ ਛੱਡ ਦੇਵੇ ਤੇ ਕੋਈ ਵੀ ਬੰਦਾ ਉਹਨੂੰ ਕਲੇਮ ਨਾ ਕਰੇ ਉਹਦੀ ਪਾਰਟੀ ਦਾ ਤੇ ਕੌਣ ਬੰਦਾ ਉੱਥੇ ਬੈਠੇਗਾ ਕਿਹੜਾ ਬੰਦਾ ਫਿਰ ਨੈਕਸਟ ਚੀਫ ਮਿਨਿਸਟਰ ਹੋਏਗਾ ਪੰਜਾਬ ਦਾ ਕੀ ਮੈਂ ਬਣ ਸਕਦਾ ਚੀਫ ਮਿਨਿਸਟਰ ਨਹੀਂ ਜੋ ਉਹਦੇ ਆਸੇ ਪਾਸੇ ਪਾਵਰਫੁਲ ਬੰਦੇ ਨੇ ਨਾ ਉਹਦੇ ਆਸੇ ਪਾਸੇ ਪਾਵਰਫੁਲ ਪਾਰਟੀਆਂ ਨੇ ਉਹੀ ਉਹਦੇ ਤੇ ਬਹਿਣਗੇ ਜਦੋਂ ਵੀ ਪਾਵਰ ਦਾ ਇੱਕ ਵੈਕਿਊਮ ਬੰਦ ਹੈ ਨਾ ਆਸੇ ਪਾਸੇ ਵਾਲੇ ਪਾਵਰਫੁਲ ਬੰਦੇ ਹੀ ਉੱਥੇ ਬਹਿਣਗੇ ਆਮ ਬੰਦਾ ਨਹੀਂ ਬਹਿ ਸਕਦਾ ਹੁਣ ਜਦੋਂ ਵੀ ਆਜ਼ਾਦੀ ਹੋਈ ਆਪਣੀ 1947 ਦੇ ਵਿੱਚ ਇੱਕ ਮੁਹੰਮਦ ਜਿੰਨਾ ਹੋ ਗਿਆ ਤੇ ਨਹਿਰੂ ਹੋ ਗਿਆ ਇਹ ਦੋਵੇਂ ਇਥੇ 1920s ਦੇ ਵਿੱਚ ਪੋਲਿਟਿਕਸ ਦੇ ਵਿੱਚ ਆ ਚੁੱਕੇ ਸੀ ਤੇ ਜਦੋਂ ਤੱਕ ਇੰਡੀਪੈਂਡੈਂਸ ਡੇ ਆਇਆ ਆਪਣਾ ਇਹਨਾਂ ਦੋਵਾਂ ਕੋ ਬਹੁਤ ਜ਼ਿਆਦਾ ਪਾਵਰ ਤੇ ਦੋਵੇਂ ਕਹਿ ਲੀਏ ਕਿ ਰਿਚ ਇੱਕ ਫੈਮਿਲੀ ਚ ਹੁੰਦੇ ਨੇ ਦੋਵੇਂ ਕੋ ਗਰੀਬ ਬੰਦੇ ਨਹੀਂ ਸੀ ਤੇ ਦੋਵਾਂ ਕੋ ਬਹੁਤ ਜ਼ਿਆਦਾ ਇਨਫਲੂਐਂਸ ਸੀ ਤੇ ਆਬਵੀਅਸ ਹੀ ਗੱਲ ਏ ਅਗਰ ਪਾਵਰ ਵੈਕਿਊਮ ਬੰਦ ਹੈ ਅਗਰ ਬ੍ਰਿਟਿਸ਼ ਜਨਤਾ ਬਾਹਰ ਜਾਂਦੀ ਏ ਤੇ ਨੈਕਸਟ ਪਾਵਰ ਦੇ ਵਿੱਚ ਪਾਵਰਫੁਲ ਬੰਦੇ ਹੀ ਆਉਣਗੇ ਜਿੰਨਾਂ ਕੋ ਜ਼ਿਆਦਾ ਇਨਫਲੂਐਂਸ ਹੈ ਇੱਕ ਤੇ ਪੈਸਾ ਆ ਗਿਆ ਪੈਸਾ ਹੀ ਸੋਲੂਸ਼ਨ ਹੈ ਬਹੁਤ ਜ਼ਿਆਦਾ ਉਹ ਜਿਸकी लाठी ਉਸਦੀ ਬੈਸ ਉਹ ਗੱਲ ਹੋ ਗਈ ਤੇ ਨਹਿਰੂ ਪਾਵਰਫੁਲ ਜਿੰਨਾ ਪਾਵਰਫੁਲ ਤੇ ਇਨਫਲੂਐਂਸ ਜਿਹੜਾ ਮੈਂ ਗੱਲ ਕਹਿ ਰਿਹਾ ਕਿ ਪੋਪੂਲੇਸ਼ਨ ਉਸ ਟਾਈਮ ਕਿੰਨਾ ਦੀ ਜ਼ਿਆਦਾ ਸੀ ਉਦੋਂ ਸੀ ਆਈ ਥਿੰਕ ਇੰਡੀਆ ਸੀ ਇੰਡੀਆ ਦੇ ਜਿਹੜੇ ਹਿੰਦੂ ਸੀ ਉਹ ਸੀ 330 ਮਿਲੀਅਨ ਹਿੰਦੂ ਤੇ ਮੁਸਲਮਾਨ ਸੀ 170 ਮਿਲੀਅਨ ਆਈ ਥਿੰਕ ਤੇ ਉਦੋਂ ਜੋ ਪੰਜਾਬੀ ਸੀ ਜਾਂ ਸਿੱਖ ਪੋਪੂਲੇਸ਼ਨ ਸੀ ਉਹ ਸਿਰਫ 7 ਮਿਲੀਅਨ ਸੀ ਅਗਰ ਆਪਾਂ ਕੰਪੇਅਰ ਕਰੀਏ ਪਰਸੈਂਟੇਜ ਵਾਈਜ਼ ਤੇ ਆਪਾਂ 1.5% ਕੁਝ ਮੰਦੇ ਅੱਜ ਵੀ ਅੱਜ ਵੀ ਆਪਾਂ 2% ਹੀ ਆ ਆਪਣਾ ਜ਼ਿਆਦਾ ਇੰਨਾ ਇਨਫਲੂਐਂਸ ਨਹੀਂ ਹੈ ਆਪਾਂ ਮਿਨੋਰਟੀ ਜਮਨੇ ਆ ਤੇ ਉਸ ਟਾਈਮ ਤੇ ਪੋਪੂਲੇਸ਼ਨ ਬਹੁਤ ਜ਼ਿਆਦਾ ਘੱਟ ਸੀ ਆਪਣੀ ਤੇ ਇਸ ਲਈ ਆਪਣੇ ਕੋ ਜ਼ਿਆਦਾ ਇਨਫਲੂਐਂਸ ਵੀ ਇੰਨਾ ਜ਼ਿਆਦਾ ਨਹੀਂ ਸੀ ਤੇ ਪਾਵਰਫੁਲ ਬੰਦਾ ਕਿਉਂ ਸੁਨੇਗਾ ਆਪਾਂ ਨੂੰ ਤੇ ਇਹ ਓਬਵੀਅਸਲੀ ਗੱਲ ਹੈ ਕਿ ਜਿੱਥੇ ਜਿਸki लाठी ਉਸकी भैंस ਵਾਲਾ ਕੰਮ ਹੋਏਗਾ ਨਾ ਉਥੇ ਉਹ ਚੀਜ਼ ਹੋਏਗੀ ਹੀ ਹੋਏਗੀ ਪਰ ਹਿਸਟਰੀ ਚ ਤੁਸੀਂ ਦੇਖ ਲਓ ਫਿਊਚਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੋਣ ਵਾਲੀਆਂ ਕਿ ਪਾਵਰਫੁਲ ਤੇ ਇਨਫਲੂਐਂਸ਼ਲ ਬੰਦੇ ਕੋਈ ਪਾਵਰ ਜਾਏਗੀ ਇਹ ਦੂਜਾ ਹੋ ਗਿਆ ਤੇ ਤੀਜਾ ਜਿੱਤੇ ਮੈਂ ਬਹੁਤ ਜ਼ਿਆਦਾ ਕੈਲੀ 6.5 ਵਾਲਾ ਵਾਂ ਕਿ ਪੰਜਾਬੀਆਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਜਦਾ ਇੰਡੀਆ ਦੇ ਵਿੱਚ ਇਹ ਪੰਜ ਸਿਰ ਮੈਨੂੰ ਬੜਾ ਕਾਮਨ ਜਿਹਾ ਮਿਲਿਆ ਤੇ ਇਹਦੇ ਵਿੱਚ ਤੇ ਪਹਿਲੀ ਗੱਲ ਉਹਨਾਂ ਨੇ ਅਮਰਿਤਪਾਲ ਸਿੰਘ ਦੀ ਗੱਲ ਕੀਤੀ ਨਾ ਕਿ ਭਾਈ ਦੇਖੋ ਅਮਰਿਤਪਾਲ ਸਿੰਘ ਨੂੰ ਕਿਦਾਂ ਭਾ ਜੇਲ੍ਹ ਦੇ ਵਿੱਚ ਪਾਤਾ ਨਾ ਤੇ ਅਮਰਿਤਪਾਲ ਸਿੰਘ ਦੇ ਪ੍ਰਤੀ ਵੀ ਮੇਰਾ ਸਟੈਂਸ ਜੋ ਰੈਗੂਲਰ ਲਿਸਨਰਸ ਨੇ ਇਹ ਪੋਡਕਾਸਟ ਤੇ ਉਹ ਜਾਣਦੇ ਨੇ ਕਿ ਮੈਂ ਉਹਦੇ ਬਾਰੇ ਕਿਦਾਂ ਸੋਚਦਾ ਵਾਂ ਠੀਕ ਹੈ ਪਹਿਲੀ ਗੱਲ ਕਿ ਉਹ ਇੱਕ ਬੜਾ ਯੰਗ politcal leader ਮੈਨੂੰ ਹੁਣ ਮੰਨ ਕੇ ਚੱਲਦਾ ਹਾਂ ਕਿ ਫਿਊਚਰ ਦੇ ਵਿੱਚ ਉਹ ਪੋਲਿਟਿਕਸ ਦੇ ਵਿੱਚ ਆਏਗਾ ਤੇ ਹੋ ਸਕਦਾ ਬਹੁਤ ਜ਼ਿਆਦਾ ਪੋਲਿਸੀਜ਼ ਉਹ ਕ੍ਰੀਏਟ ਕਰੇ ਜਾਂ ਮੇਕ ਕਰੇ ਉਹ ਜੋ ਵਧੀਆ ਗੱਲ ਹੈ ਹਰੇਕ ਬੰਦੇ ਨੂੰ ਆਪਣੇ ਆਈਡੀਆਜ਼ ਇੰਪਲੀਮੈਂਟ ਕਰਨ ਦੇ ਇੱਕ ਮੌਕਾ ਮਿਲਣਾ ਚਾਹੀਦਾ ਬਟ ਜ਼ਰੂਰੀ ਨਹੀਂ ਕਿ ਮੈਂ ਉਹਦੇ ਨਾਲ ਅਗਰੀ ਵੀ ਕਰਾਂ ਰੀਜ਼ਨ ਮੀਨ ਕਿਉਂ ਇੱਕ ਬੜਾ ਯੰਗ ਤੇ ਅਗਰੈਸਿਵ ਲੀਡਰ ਹੈ ਤੇ ਇਹੀ ਉਹਦੀ ਇੱਕ ਘਾਟ ਮੈਂ ਮੰਨ ਕੇ ਚੱਲਦਾ ਵਾਂ ਕਿ ਜਦੋਂ ਤੁਸੀਂ ਪੋਲਿਟਿਕਸ 'ਚ ਆਉਂਦੇ ਹੋ ਨਾ ਤੁਸੀਂ ਸਾਮਦਮ ਦੰਦ ਦੰਡ ਭੇਸ ਤੁਹਾਨੂੰ ਹਰੇਕ ਚੀਜ਼ ਦਾ ਆ ਤਰੀਕਾ ਹੋਣਾ ਚਾਹੀਦਾ ਤੇ ਜਦੋਂ ਤੁਸੀਂ ਸਿਸਟਮ ਨੂੰ ਚੇਂਜ ਕਰਨ ਦੀ ਗੱਲ ਕਰਦੇ ਹੋ ਨਾ ਤੁਹਾਨੂੰ ਕਾਈਂਡ ਆਫ ਸਿਸਟਮ ਦੇ ਵਿੱਚ ਜਾ ਕੇ ਉਹ ਚੀਜ਼ ਚੇਂਜ ਕਰਨੀ ਪਏਗੀ ਆਈ ਨੋ ਪ੍ਰੋਸੈਸ ਬੜਾ ਔਖਾ ਹੈ ਬਟ ਉਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਟ ਜਿਸ ਕਾਰਨ ਉਹਨੂੰ ਰੈਂਡਮਲੀ ਨਹੀਂ ਚੁੱਕ ਲਿਆ ਗਿਆ ਉਹਨੂੰ ਰੈਂਡਮਲੀ ਨਹੀਂ ਜੇਲ 'ਚ ਪਾ ਦਿੱਤਾ ਗਿਆ ਉਹਦੇ ਪਿੱਛੇ ਕਹਿ ਲਈ ਕਿ ਜੋ ਇਨਸੀਡੈਂਟ ਹੋਇਆ ਪੁਲਿਸ ਵਾਲਿਆਂ ਦੇ ਪੁਲਿਸ ਸਟੇਸ਼ਨ ਦੇ ਵਿੱਚ ਅਟੈਕ ਹੋਇਆ ਉਹਦੇ ਵਿੱਚ ਜਿੰਨੇ ਵੀ ਧਾਰਵਾ ਲੱਗੀਆਂ ਠੀਕ ਹੈ ਉਹ ਕਨਵਿਕਟਡ ਤੇ ਨਹੀਂ ਹਜੇ ਠੀਕ ਹੈ ਕੇਸ ਚੱਲਣ ਦੇ ਆ ਬਟ ਉਹ ਇੱਕ ਲੇਜਿਟਮੈਂਟ ਕਹਿ ਲਵਾਂ ਠੀਕ ਉਹ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਤੇ ਇੱਥੇ ਆਪਾਂ ਨਿਊਟਰਲ ਰਹਿ ਕੇ ਗੱਲ ਕਰਨੀ ਆਪਾਂ ਇਹ ਨਹੀਂ ਕਹਿ ਸਕਦੇ ਕਿਉਂਕਿ ਉਹ ਸਿੱਖ ਸੀ ਹੀ ਇਜ਼ ਅਲੋਅ ਟੂ ਡੂ ਜੋ ਵੀ ਉਹਨੇ ਕੀਤਾ ਠੀਕ ਹੈ ਬਟ ਇਸ ਚੀਜ਼ ਦੇ ਕਾਰਨ ਵੀ ਉਹ ਵੋਟਾਂ 'ਚ ਲੜਿਆ ਉਹ ਵੀ ਮੈਂ ਕਹਿ ਲਵਾਂ ਇੱਕ ਇੰਡੀਆ ਦੇ ਸੰਵਿਧਾਨ ਦੀ ਇੱਕ ਵਧੀਆ ਗੱਲ ਹੈ ਕਿਉਂਕਿ ਉਹ ਕਨਵਿਕਟਡ ਨਹੀਂ ਹੋਇਆ ਅਜੇ ਤੱਕ ਠੀਕ ਹੈ ਤੇ ਉਹ ਵੋਟਾਂ ਵੀ ਲੜਿਆ ਵੋਟਾਂ ਜਿੱਤਿਆ ਵੀ ਠੀਕ ਹੈ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਸ਼ਟ ਕੀਤਾ ਗਿਆ ਕਿਉਂਕਿ ਉਹ ਪੰਜਾਬੀ ਸੀ ਠੀਕ ਹੈ ਉਹਨੇ ਜੋ ਵੀ ਕਾਰਾ ਕੀਤਾ ਉਹਦੇ ਪ੍ਰੋਸੈਸ ਦੇ ਥਰੂ ਉਹ ਜਾਂਦਾ ਪਿਆ ਤੇ ਮੈਂ ਨਹੀਂ ਮੰਨਦਾ ਕਿ ਉਹ ਜ਼ਿਆਦਾ ਇੰਨਾ ਸ਼ਟ ਹੋਇਆ ਉਹ ਇੰਡੀਆ ਦੇ ਵਿੱਚ ਫਿਰ ਬੰਦੀ ਸਿੰਘਾਂ ਦੀ ਬੜੀ ਜ਼ਿਆਦਾ ਐਗਜ਼ਾਮਪਲ ਮੈਨੂੰ ਦਿੱਤੀ ਗਈ ਯਾਰ ਬੰਦੀ ਸਿੰਘਾਂ ਨੂੰ ਦੇਖੋ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਭਾਵੇਂ ਉਹਨਾਂ ਨੇ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਤੇ ਨਾ ਮੈਂ ਆਪਣਾ ਮਾਈਂਡ ਹੁਣ ਮੈਂ ਕਾਫੀ ਦਿਨਾਂ ਤੋਂ ਇਹਨਾਂ ਉੱਤੇ ਪੜਦਾ ਪਿਆ ਆਂ ਬੰਦੀ ਸਿੰਘਾਂ ਦੇ ਉੱਤੇ ਬਹੁਤ ਆਰਟੀਕਲ ਪੜੇ ਹੁਣ ਪਤਾ ਨਹੀਂ ਕਿ ਜਿਹੜੀ ਇਨਫਾਰਮੇਸ਼ਨ ਮੈਨੂੰ ਇੰਟਰਨੈਟ ਤੇ ਥਰੂ ਮਿਲਨ ਦਈ ਏ ਉਹ ਕਿੰਨੀ ਬਾਇਸਡ ਏ ਕਿ ਮੈਨੂੰ ਕੋਈ ਇੱਕ ਬੰਦਾ ਤੇ ਨਹੀਂ ਫੀਡ ਕਰਨ ਦਿਆ ਮੈਂ ਆਪਣਾ ਨਿਊਟਰਲ ਰਹਿ ਕੇ ਉਹ ਸਾਰੀਆਂ ਚੀਜ਼ਾਂ ਪੜੀਆਂ ਤੇ ਉਤੇ ਕਾਈਂਡ ਆਫ ਕਨਕਲੂਜਨ ਮੈਂ ਹਜੇ ਨਹੀਂ ਕੱਢ ਪਾਇਆ ਕਿ ਜਦੋਂ ਦੇਖੋ ਨਾ ਕਿ ਤੁਸੀਂ 911 ਦੀ ਗੱਲ ਤੁਸੀਂ ਦੇਖਦੇ ਹੋ ਕਿ ਬਿਲਡਿੰਗਾਂ ਜਹਾਜ਼ ਮਾਰਤਾ ਜਦੋਂ ਤੁਸੀਂ ਅਸਾਮਾ ਬਿਲ ਲਾ ਦਿੰਦੀ ਗੱਲ ਦੇਖਦੇ ਹੋ ਕਿ ਉਹਨੇ ਇਦਾਂ ਕੀਤਾ ਤੇ ਉਹਨੂੰ ਕੀ ਤੁਸੀਂ ਇੱਕ ਹੀਰੋ ਮੰਨਦੇ ਹੋ ਜਾਂ ਉਹਨੂੰ ਤੁਸੀਂ ਇੱਕ ਟੈਰਰਿਸਟ ਮੰਨਦੇ ਹੋ ਠੀਕ ਇੱਕ ਸਿੰਪਲ ਜਿਹਾ ਐਗਜ਼ਾਮਪਲ ਹੈ ਤੁਹਾਨੂੰ ਆਨਸਰ ਦਾ ਪਤਾ ਹੈ ਠੀਕ ਹੈ ਕਿਸੇ ਸਾਹਮਣੇ ਜਾ ਕੇ ਤੁਸੀਂ ਭਾਵੇਂ ਬੋਲੋ ਨਾ ਬੋਲੋ ਉਹ ਤੁਹਾਡੀ ਵੱਖਰੀ ਗੱਲ ਹੈ ਬਟ ਯੂ نو ਦਾ ਆਨਸਰ ਠੀਕ ਹੈ ਤੇ ਅਮਰੀਕਾ ਦੀ ਸਾਈਡ ਤੋਂ ਆਪਾਂ ਦੇਖੀਏ ਤੇ ਉਹ ਟੈਰਰਿਸਟ ਸੀ ਬਟ ਮੁਸਲਮਾਨ ਕਮਿਊਨਿਟੀ ਜੋ ਉਹਦੇ ਬੜੇ ਕਰੀਬੀ ਰਹੇ ਹੋਣਗੇ ਜੋ ਉਹਦੇ ਅਜੰਡੇ ਦੇ ਨਾਲ ਅਗਰੀ ਕਰਦੇ ਸੀ ਉਹਨੂੰ ਹੀਰੋ ਕਹਿਣਗੇ ਤੇ ਇਸੇ ਲਈ ਹੀ ਭਾਵੇਂ ਇੰਨੀ ਜਨਤਾ ਉਹਨੇ ਮਾਰ ਦਿੱਤੀ ਟਾਵਰਾਂ ਦੇ ਫਿਰ ਉਸ ਤੋਂ ਬਾਅਦ ਜੋ ਫਾਈਟਾਂ ਹੋਈਆਂ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਉੱਥੇ ਗਿਆ ਜੋ ਵੀ ਪਿੱਛੇ ਜੋ ਵੀ ਕੰਟੈਕਸਟ ਰਿਹਾ ਕਿ ਅਮਰੀਕਾ ਨੇ ਉਹਨੂੰ ਉਨੂੰ ਫੰਡਿੰਗ ਕੀਤੀ ਅਮਰੀਕਾ ਨੇ ਉਹਨੂੰ ਬਣਾਇਆ ਜੋ ਵੀ ਉਹਦਾ ਕੰਟੈਕਸਟ ਰਿਹਾ ਬਟ ਜਹਾਜ਼ ਬਿਲਡਿੰਗ ਦੇ ਵਿੱਚ ਮਾਰਨਾ ਉਹ ਸਹੀ ਚੀਜ਼ ਨਹੀਂ ਸੀ ਉਹ ਇਨਸਾਈਡ ਜੌਬ ਹੋਵੇ ਅਮਰੀਕਾ ਨੇ ਆਪ ਕਰਵਾਇਆ ਹੈ ਨਹੀਂ ਕਰਵਾਇਆ ਆਈ ਡੋਨਟ ਨੋ ਕਿ ਜੋ ਇਨਫੋਰਮੇਸ਼ਨ ਸਰਫੇਸ ਹੈ ਨਾ ਉੱਤੇ ਆਪਾਂ ਗੱਲ ਕਰਦੇ ਪਏ ਆ ਕਿ ਜੋ ਵੀ ਉਹਨੇ ਕੀਤਾ ਬਾਅਦ ਚ ਉਹਨੇ ਐਡਮਿਟ ਵੀ ਕੀਤਾ ਕੇ ਅਸੀਂ ਇਹ ਚੀਜ਼ ਕਰਵਾਈਏ ਉਹ ਚੀਜ਼ ਸਹੀ ਨਹੀਂ ਸੀ ਇਹ ਮੰਨ ਕੇ ਚੱਲਦੇ ਆ ਕੋਈ ਟੈਰਰਿਸਟ ਹੈ ਬਾਅਦ ਵਿੱਚ ਆਪਾਂ ਦੇਖਣਦੇ ਆ ਉਹ ਟੈਰਰਿਸਟ ਹੈ ਫਿਰ ਜਦੋਂ ਸੁਸਾਈਸਾਈਡ ਬੌਮਸ ਦੀ ਗੱਲ ਆਉਂਦੀ ਹੈ ਠੀਕ ਹੈ ਫਰਾਂਸ ਦੇ ਵਿੱਚ ਵੀ ਹੋਏ ਸੀ ਆਮ ਆਈ ਥਿੰਕ ਆਮ ਯੂਕੇ ਦੇ ਵਿੱਚ ਵੀ ਟ੍ਰੇਨ ਦੇ ਵਿੱਚ ਕੁਝ ਹੋਏ ਵਾਵਾ ਟਾਈਮ ਪਹਿਲਾਂ ਜਿੱਥੇ ਜਿੱਥੇ ਵੀ ਸੁਸਾਈਸਾਈਡ ਬੌਮਸ ਦੀ ਗੱਲ ਹੁੰਦੀ ਹੈ ਨਾ ਤੁਸੀਂ ਕੀ ਮੰਨ ਕੇ ਚੱਲਦੇ ਹੋ ਕਿ ਉਹ ਬੰਦੇ ਜਿਹਨਾਂ ਨੇ ਸੁਸਾਈਸਾਈਡ ਬੌਮ ਕੀਤਾ ਉਹ ਟੈਰਰਿਸਟ ਨੇ ਜਾਂ ਹੀਰੋਸ ਨੇ ਠੀਕ ਹੈ ਹੁਣ ਦਿਮਾਗ ਦੇ ਵਿੱਚ ਫੇਰ ਪਿਕਚਰ ਬਣਾ ਲਓ ਠੀਕ ਹੈ ਮੇਰੇ ਵਾਸਤੇ ਉਹ ਟੈਰਰਿਸਟ ਨੇ ਠੀਕ ਹੈ ਡਸ ਨਾਟ ਮੈਟਰ ਕਿ ਉਹਨਾਂ ਨੇ ਧਰਮ ਦੇ ਨਾਮ ਤੇ ਕੋਈ ਚੀਜ਼ ਕੀਤੀ ਜਾਂ ਨਹੀਂ ਕੀਤੀ ਉਹ ਬੰਦਾ ਟੈਰਰਿਸਟ ਹੀ ਠੀਕ ਹੈ ਹੁਣ ਇਹ ਚੀਜ਼ ਹੋ ਗਈ ਹੁਣ ਆਪਾਂ ਗੱਲ ਕਰਦੇ ਆਂ ਭਗਤ ਸਿੰਘ ਦੀ ਭਗਤ ਸਿੰਘ ਨੇ 23 ਸਾਲਾਂ ਦਾ ਸੀ ਤੇ ਮੈਂ ਮੰਨਦਾ ਮੈਂ ਕੋ ਬੜਾ ਯੰਗ ਸੀ ਉਸ ਟਾਈਮ ਤੇ ਉਥੇ ਆਪਾਂ ਲੋਕ ਉਹਨੂੰ ਹੀਰੋ ਮੰਨਦੇ ਆ ਕਿਉਂਕਿ ਉਹ ਆਪਣੀ ਸਾਈਡ ਤੋਂ ਲੜਿਆ ਉਹਨੇ ਪੁਲਿਸ ਆਫੀਸਰ ਨੂੰ ਮਾਰਿਆ ਭਾਵੇਂ ਉਹ ਬ੍ਰਿਟਿਸ਼ ਅੰਡਰ ਬ੍ਰਿਟਿਸ਼ ਦੇ ਅੰਡਰ ਕੰਮ ਕਰਦਾ ਪਿਆ ਸੀ ਉਹਨੂੰ ਨੂੰ ਮਾਰਿਆ ਅਸੈਂਬਲੀ ਦੇ ਵਿੱਚ ਬੰਬ ਉਹਨੇ ਸੁੱਟਿਆ ਹੁਣ ਜੋ ਇੰਗਲੈਂਡ ਦੇ ਲੋਕ ਨੇ ਆ ਬ੍ਰਿਟਿਸ਼ ਸ਼ਲੋਕ ਨੇ ਜਾਂ ਜਾਂ ਉਹ ਜੋ ਪੰਜਾਬੀ ਜਾਂ ਇੰਡੀਅਨ ਬੰਦੇ ਨਹੀਂ ਨੇ ਉਹਨੂੰ ਟੈਰਰਿਸਟ ਕਹਣਗੇ ਆਪਾਂ ਉਹਨੂੰ ਹੀਰੋ ਮੰਨਦੇ ਪਏ ਆ ਸੁਭਾਸ਼ ਚੰਦਰ ਬੋਸ ਠੀਕ ਹੈ ਆਪਾਂ ਉਹਦਾ ਬੜਾ ਗੁਣगान ਕਰਦੇ ਆਂ ਬਟ ਉਹ ਵੀ ਨਾਜ਼ੀ ਆ ਨਾਜ਼ੀਆਂ ਦੇ ਕੋਲ ਗਿਆ ਹਿਟਲਰ ਦੇ ਕੋਲ ਗਿਆ ਹੈਂਡਸ਼ੇਕ ਉਹਨੂੰ ਕੀਤਾ ਹੁਣ ਹਿਟਲਰ ਨੇ ਕਿੰਨੇ ਬੰਦੇ ਮਾਰੇ ਨੇ ਠੀਕ ਹੈ ਤੇ ਹੁਣ ਸਹੀ ਬੰਦਾ ਕਿਹੜਾ ਆ ਜਾਂ ਗਲਤ ਬੰਦਾ ਕਿਹੜਾ ਠੀਕ ਹੈ ਉਹਦੇ ਵਿੱਚ ਮੈਂ ਫਸਿਆ ਹੋਇਆ ਵਾਂ ਠੀਕ ਹੈ ਚਾਤੂ ਵੀ ਫਸੇ ਹੋਗੇ ਤੇ ਹੁਣ ਆਪਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਕਿ ਜਿਹੜੇ ਬੰਦੀ ਸਿੰਘ ਅਰੈਸਟ ਹੋਏ ਉਹ ਬਯੰਤ ਸਿੰਘ ਠੀਕ ਹੈ ਆਈ ਥਿੰਕ ਉਹ ਤੋਂ ਚੀਫ ਮਿਨਿਸਟਰ ਸੀ ਉਹਦੇ ਬੌਮ ਬਲਾਸਟ ਦੇ ਵਿੱਚ ਉਹਨੂੰ ਮਾਰਿਆ ਗਿਆ ਆ ਜੋ ਵੀ ਉਹ ਪਾਵਰ ਦੇ ਵਿੱਚ ਸੀ ਉਹ ਬੰਦਾ ਬਯੰਤ ਸਿੰਘ ਉਹਨੂੰ ਮਾਰਤਾ ਗਿਆ ਸੁਸਾਈਡ ਬੌਮਿੰਗ ਦੇ ਵਿੱਚ ਉਹਨੂੰ ਮਾਰਿਆ ਗਿਆ ਠੀਕ ਹੈ ਬੜੇ ਲੋਕੀ ਕਹਿਣਗੇ ਜਸਟੀਫਿਕੇਸ਼ਨ ਦੇਣਗੇ ਕਿ ਯਾਰ ਉਹ ਚੀਜ਼ ਸਹੀ ਹੋਈ ਬਟ ਉਧੇ ਆਸੇ ਪਾਸੇ 17 ਬੰਦੇ ਹੋਰ ਸੀ ਜੋ ਮਾਰੇ ਗਏ ਠੀਕ ਹੈ 17 ਬੰਦੇ ਮਾਰੇ ਗਏ ਉਹਦਾ ਡਰਾਈਵਰ ਹੋ ਗਿਆ ਉਧੇ ਆਸੇ ਪਾਸੇ ਜੋ 22 ਸਟੈਂਡਰਡਸ ਖੜੇ ਸੀ ਸੁਸਾਇਡ ਬੰਬ ਦੇ ਵਿੱਚ ਮਾਰੇ ਗਏ ਹੁਣ ਤੁਸੀਂ ਆਪਣਾ ਦਿਮਾਗ ਬਣਾਓ ਇਹ ਕੀ ਇੱਕ ਹੀਰੋਇਕ ਐਕਟ ਸੀ ਜਾਂ ਇਹ ਇੱਕ ਟੈਰਰਿਸਟ ਐਕਟ ਸੀ ਠੀਕ ਹੈ ਉਹ ਮੈਂ ਧੜ ਤੇ ਛੱਡਦਾ ਹਾਂ ਹੁਣ ਨਾ ਇੱਕ ਬੰਦੇ ਨੂੰ ਮੈਂ ਸੁਣਦਾ ਪਿਆ ਸੀ ਤੇ ਬੰਦਾ ਕਹਿੰਦਾ ਬੰਦੇ ਨੇ ਬੰਦੇ ਨੂੰ ਸਵਾਲ ਪੁੱਛਿਆ ਉਹ ਬੰਦਾ ਨਾ ਬੜਾ ਰਿਲੀਜੀਅਸ ਸੀ ਉਹਨੇ ਇੱਕ ਆਮ ਬੰਦੇ ਨੂੰ ਸਵਾਲ ਪੁੱਛਿਆ ਜਾਂ ਆਮ ਬੰਦੇ ਨੇ ਸੌਰੀ ਉਹ ਰਿਲੀਜੀਅਸ ਬੰਦੇ ਨੂੰ ਸਵਾਲ ਪੁੱਛਿਆ ਕਿ ਸੋਚੋ ਕਿ ਮੈਂ ਆਪਣੀ ਵਾਈਫ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਠੀਕ ਹੈ ਤੇ ਵਾਈਫ ਮੈਨੂੰ ਮੋੜ ਕੇ ਪਿਆਰ ਨਹੀਂ ਕਰਦੀ ਤੇ ਕੀ ਮੈਨੂੰ ਆਪਣੀ ਵਾਈਫ ਨੂੰ ਛਾੜ ਦੇਣਾ ਚਾਹੀਦਾ ਤੇ ਪੰਦਾ ਰਿਪਲਾਈ ਕਰਦਾ ਹੈ ਰਿਲੀਜੀਅਸ ਬੰਦਾ ਰਿਪਲਾਈ ਕਰਦਾ ਹੈ ਕਿ ਨਹੀਂ ਅਗਰ ਤੂੰ ਉਸ ਸਾੜਨ ਬਾਰੇ ਉਹਨੂੰ ਸੋਚਿਆ ਆਪਣੀ ਵਾਈਫ ਨੂੰ ਸਾੜਨ ਬਾਰੇ ਸੋਚਿਆ ਤੇ ਤੂੰ ਆਪਣੀ ਵਾਈਫ ਨੂੰ ਕਦੇ ਪਿਆਰ ਕੀਤਾ ਹੀ ਨਹੀਂ ਭਾਵੇਂ ਤੂੰ ਕਹਿੰਦਾ ਵੀ ਪਿਆਰ ਨਾ ਕਿ ਤੈਨੂੰ ਪਿਆਰ ਕਰਦਾ ਤੂੰ ਆਪਣੀ ਵਾਈਫ ਨੂੰ ਕਦੇ ਪਿਆਰ ਕੀਤਾ ਹੀ ਨਹੀਂ ਕਿਉਂਕਿ ਉਹਨੂੰ ਸਾੜਨ ਦਾ ਤੂੰ ਸੋਚਿਆ ਤੇ ਨਾਰਮਲ ਬੰਦਾ ਕਹਿੰਦਾ ਠੀਕ ਹੈ ਸਹੀ ਹੈ ਕਹਿੰਦਾ ਹਾਂ ਤੂੰ ਰਿਲੀਜੀਅਸ ਬੰਦਾ ਹੈ ਨਾ ਤੇ ਤੁਮੀ ਨੂੰ ਕਹਿਣਾ ਪਿਆ ਹੈ ਕਿ ਗॉड ਨੂੰ ਅਗਰ ਮੈਂ ਪਿਆਰ ਨਾ ਕਰਾਂ ਤੇ ਗॉड ਮੈਨੂੰ ਨਰਕ ਦੇ ਵਿੱਚ ਸਹਾੜ ਦੇਗਾ ਕਿ ਗॉड ਮੈਨੂੰ ਪਿਆਰ ਕਰਦਾ ਠੀਕ ਹੈ ਉਹ ਫਸ ਗਿਆ ਰਿਲੀਜੀਅਸ ਬੰਦਾ ਮਤਲਬ ਸਟੈਂਡਰਡ ਆਪਾਂ ਅਲੱਗ-ਅਲੱਗ ਬਣਾਏ ਹੋਏ ਨੇ ਠੀਕ ਹੈ ਕਿ ਦੂਜਾ ਬੰਦਾ ਕਰੇ ਤੇ ਟੈਰਰਿਸਟ ਹੈ ਆਪਣਾ ਬੰਦਾ ਕਰੇ ਤੇ ਉਹ ਹੀਰੋ ਹੈ ਠੀਕ ਹੈ ਕੋਈ ਚੀਜ਼ਾਂ ਬੜੀਆਂ ਲੌਜੀਕਲ ਹੁੰਦੀਆਂ ਨੇ ਕੋਈ ਚੀਜ਼ਾਂ ਬੜੀਆਂ ਸਟ੍ਰੇਟ ਫਾਰਵਰਡ ਹੁੰਦੀਆਂ ਨੇ ਬਟ ਆਪਾਂ ਨੂੰ ਸੋਸਾਇਟੀ ਦੇ ਥਰੂ ਨੈਰੇਟਿਵਸ ਦੇ ਥਰੂ ਕਲਚਰ ਦੇ ਥਰੂ ਰਿਲੀਜੀਅਨ ਦੇ ਥਰੂ ਇੰਨਾ ਜ਼ਿਆਦਾ ਫਸਾ ਦਿੱਤਾ ਜਾਂਦਾ ਹੈ ਕਿ ਆਪਾਂ ਕਲੀਅਰ ਨਹੀਂ ਹੋ ਸਕਦੇ ਠੀਕ ਹੈ ਆਪਾਂ ਅੰਨੇ ਹੋ ਜਾਂਦੇ ਹਾਂ ਉਹਦੇ ਵਿੱਚ ਹੁਣ ਨਾ ਇੱਕ ਵਿਜ਼ੂਅਲ ਥਿੰਕਿੰਗ ਹੈ ਵਿਜ਼ੂਅਲ ਥਿੰਕਿੰਗ ਕਿ ਮੈਂ ਚਾਹੁੰਦਾ ਵਾਂ ਕਿ ਮੈਂ ਹਰ ਇੱਕ ਚੀਜ਼ ਉੱਤੇ ਬੋਲ ਦਵਾਂ ਕਿ ਜੋ ਵੀ ਹੁਣ ਨਾ ਪੋਡਕਾਸਟ ਜੋ ਮੈਂ ਕਰਦਾ ਵਾਂ ਬੜੇ ਕੇਅਰਫੁਲੀ ਕਰਦਾ ਵਾਂ ਕਦੀ ਕਦੀ ਮੈਂ ਚੀਜ਼ਾਂ ਦੇ ਬੋਲਣਾ ਚਾਹੁੰਦਾ ਮੈਂ ਨਹੀਂ ਬੋਲਵਾਂਦਾ ਠੀਕ ਹੈ ਹੁਣ ਕਿਉਂ ਨਹੀਂ ਬੋਲ ਪਾਂਦਾ ਮੈਨੂੰ ਪਤਾ ਹੈ ਕਿ ਲੋਕੀ ਬੜੇ ਆਫੈਂਡ ਹੋਣਗੇ ਯਾਰ ਠੀਕ ਹੈ ਹੁਣ ਇਹ ਮੇਰੀ ਵਿਜੂਅਲ ਥਿੰਕਿੰਗ ਹੈ ਕਿ ਮੈਂ ਹਰ ਇੱਕ ਚੀਜ਼ ਉੱਤੇ ਬੋਲਾਂ ਪਰ ਮੈਂ ਬੋਲ ਨਹੀਂ ਸਕਦਾ ਠੀਕ ਹੈ ਸਿਰਫ ਬੋਲਣਾ ਹੀ ਹੈ ਬੋਲਣ ਬੋਲਣ ਨੂੰ ਕੀ ਹੈ ਯਾਰ ਠੀਕ ਹੈ ਬੋਲਣਾ ਹੀ ਉਹ ਵੀ ਨਹੀਂ ਮੈਂ ਕਰ ਸਕਦਾ ਤੇ ਮੈਂ ਕਿਸੇ ਨੂੰ ਪੁੱਛਿਆ ਕਿ ਯਾਰ ਵਾਟ ਯੂ ਥਿੰਕ ਅ ਪ੍ਰੋਟੈਸਟ ਵਾਟ ਯੂ ਥਿੰਕ ਬੰਦੀ ਸਿੰਘ ਕਹਿੰਦੇ ਭਾਜੀ ਉਹਨਾਂ ਦੇ ਨਾਲ ਜੋ ਹੋਇਆ ਉਹਨਾਂ ਦਾ ਕਰਨਾ ਇੱਕ ਜਸਟੀਫਾਈਡ ਸੀ ਹੈ ਠੀਕ ਹੈ ਜਸਟੀਫਿਕੇਸ਼ਨ ਸੀ ਕਿ ਉਹਨਾਂ ਨਾਲ ਜੋ ਚੀਜ਼ ਹੋਈ ਉਹ ਮਾੜੀ ਸੀ ਤੇ ਇਸ ਲਈ ਜੋ ਵੀ ਉਹਨਾਂ ਨੇ ਕੀਤਾ ਉਹ ਜਸਟੀਫਾਈਡ ਸੀ ਮਤਲਬ ਕਿ ਮੈਂ ਉਦੋਂ ਹੀ ਬੋਲ ਸਕਦਾ ਵਾਂ ਜਦੋਂ ਮੇਰੇ ਨਾਲ ਕੋਈ ਚੀਜ਼ ਮਾੜੀ ਹੁੰਦੀ ਹੋਈ ਹੋਏਗੀ ਠੀਕ ਹੈ ਅਗਰ ਮੈਂ ਵਿਕਟਮ ਆ ਫੇਰੀ ਮੈਂ ਬੋਲ ਸਕਦਾ ਵਾਂ ਅਗਰ ਮੈਂ ਵਿਕਟਮ ਨਹੀਂ ਆ ਤੇ ਮੈਂ ਨਹੀਂ ਬੋਲ ਸਕਦਾ ਮਤਲਬ ਇਹ ਆਪਣਾ ਲੌਜੀਕ ਹੈ ਕਿ ਅਗਰ ਤੁਹਾਡਾ ਨਾ ਮਾੜਾ ਹੋਇਆ ਤੇ ਤੁਸੀਂ ਮਾੜਾ ਕਰ ਸਕਦੇ ਹੋ ਅਗਰ ਤੁਹਾਡਾ ਨਾ ਕਦੀ ਵੀ ਮਾੜਾ ਨਹੀਂ ਹੋਇਆ ਤੂੰ ਹੀ ਮਾੜਾ ਨਹੀਂ ਕਰ ਸਕਦੇ ਅਗਰ ਮੈਂ ਮੇਨਾਂ ਪਿਛੋਕਰ ਦੇ ਵਿੱਚ ਮਾੜਾ ਨਹੀਂ ਹੋਇਆ ਤੇ ਮੈਂ ਨਹੀਂ ਬੋਲ ਸਕਦਾ ਬੜੀ ਯਾਰੀ ਹੁਣ ਵੀ ਵੀਡੀਓ ਦੇ ਵਿੱਚ ਬੜ ਜਾਣੇ ਬੋਲਣਗੇ ਯਾਰ ਤੂੰ ਕਿਦਾਂ ਬੋਲਣ ਬੋਲਣ ਦਿਆ ਕਿਉਂਕਿ ਮੇਨਾਂ ਕਦੀ ਟਰੋਮੇ ਵਾਲੀ ਕੋਈ ਗੱਲ ਹੋਈ ਨਹੀਂ ਬੰਦਾ ਮਾਰਨਾ ਉਹ 올 ਗੁੱਡ ਬਟ ਬੋਲਣਾ ਨਹੀਂ ਠੀਕ ਹੈ ਹਰਨੇਕ ਸਿੰਘ ਨੂੰ ਚੁੱਪ ਕਰਾ ਦਿਓ ਕਿਉਂਕਿ ਉਹ ਸਿਰਫ ਉਹਨੇ ਬੋਲਿਆ ਉਹਨੇ ਕੁਝ ਕੀਤਾ ਨਹੀਂ ਕੁਛ ਉਹ ਸਿਰਫ ਬੋਲਿਆ ਬਟ ਬੰਦਿਆਂ ਨੂੰ ਅਡਾ ਦੇਣਾ ਦੈਟਸ ਫਾਈ ਠੀਕ ਹੈ ਜਿੱਦਾਂ ਮੈਂ ਕਿਹਾ ਉਹ ਵਾਈਫਰੀ ਤੇ ਗੋਰ ਅਲੀ ਐਗਜ਼ਾਮਪਲ ਮੈਂ ਦਿੱਤੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਥੋੜੀ ਜੀ ਟੈਕਨੀਕੈਲਿਟੀ ਵਾਲੀ ਗੱਲ ਕਿ ਇੱਕ ਪੋਲਿਟਿਕਲ ਪ੍ਰिजनਰ ਉਹਨਾਂ ਨੂੰ ਬਣਾਇਆ ਹੋਇਆ ਬੰਦੀ ਸਿੰਘਾਂ ਨੂੰ ਤੇ ਉਹ ਹਜੇ ਵੀ ਜੇਲ੍ਹ 'ਚ ਨੇ ਤੇ ਉਹ ਜੇਲ੍ਹ ਵਿੱਚੋਂ ਉਹਨਾਂ ਨੂੰ ਨਹੀਂ ਛੱਡੇ ਜਾ ਰਿਹਾ ਸਜ਼ਾ ਉਹਨਾਂ ਦੀ ਭਾਵੇਂ ਪੂਰੀ ਹੋ ਵੀ ਚੁੱਕੀ ਐ ਤੇ ਇੱਥੇ ਮੈਂ ਧਰਮ ਨੂੰ ਥੋੜਾ ਜਾਂ ਨਾ ਸਾਈਡ ਤੇ ਕੱਢ ਕੇ ਦੇਖਾਂਗਾ ਸਿਰਫ ਮੈਂ ਰੈਸ਼ਨਲ ਤਰੀਕੇ ਨਾਲ ਜਾਂ ਲੌਜੀਕਲ ਤਰੀਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਅਗਰ ਕੋਈ ਵੀ ਬੰਦਾ ਪ੍ਰਾਈਮ ਮਿਨਿਸਟਰ ਹੈ ਉਹ ਇਸ ਸਿਚੁਏਸ਼ਨ ਦੇ ਵਿੱਚ ਕੀ ਕਰੇਗਾ ਠੀਕ ਹੈ ਕੀ ਜੋ ਪੋਲਿਟੀਕਲ ਪ੍ਰिजनਰ ਨੇ ਉਹਨਾਂ ਨੂੰ ਛੱਡ ਦਿੱਤਾ ਜਾਏਗਾ ਛੱਡਣ ਦੇ ਬਾਅਦ ਕਿ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਫਿਰ 1984 ਵਰਗੀ ਸਿਚੁਏਸ਼ਨ ਬਣਨ ਦੀ ਪੋਸਿਬਿਲਿਟੀ ਹੈ ਕੀ ਇਹ ਰਿਸਕ ਲਿਆ ਜਾਵੇ ਕੀ ਆਪਾਂ ਕੋਚ ਜਾਣੇ ਨੂੰ ਛੱਡਦੀ ਏ ਤਾਂ ਕਿ ਪੰਜਾਬ ਦੇ ਵਿੱਚ ਫੇਰ ਇੱਕ ਇਦਾਂ ਦੀ ਸਿਚੁਏਸ਼ਨ ਬਣ ਜਾਵੇ ਕਿ ਬਹੁਤ ਲੋਕਾਂ ਦੀਆਂ ਜਾਨਾਂ ਜਾਣ ਹੁਣ ਇਹਦਾ ਆਨਸਰ ਮੈਨੂੰ ਨਹੀਂ ਪਤਾ ਜਰੂਰ ਆਪਣੇ ਆਨਸਰ ਕਮੈਂਟ ਸੈਕਸ਼ਨ ਵਿੱਚ ਮੈਨੂੰ ਦੱਸਿਓ ਕਿ ਤੁਸੀਂ ਕੀ ਫੀਲ ਕਰਦੇ ਹੋ ਕਿ ਅਗਰ ਤੁਸੀਂ ਪ੍ਰਾਈਮ ਮਿਨਿਸਟਰ ਹੁੰਦੇ ਤੁਸੀਂ ਇਹ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰਦੇ ਤੇ ਇੱਥੇ ਸਿਰਫ ਇੰਡੀਆ ਦੀ ਗੱਲ ਨਹੀਂ ਇੱਥੇ ਆਪਾਂ ਕਹਿੰਦੇ ਜਰੂਰ ਕਿ ਇੰਡੀਆ ਨੇ ਇਦਾਂ ਦੀਆਂ ਚੀਜ਼ਾਂ ਕੀਤੀਆਂ ਪਈਆਂ ਨੇ ਕਿ ਇੰਡੀਆ ਨਹੀਂ ਛੱਡਣ ਦੀ ਪੋਲਿਟੀਕਲ ਪ੍ਰਿਜ਼ਨਰਸ ਨੂੰ ਜਿੰਨੀ ਵੀ ਕੰਟਰੀਜ਼ ਨੇ ਜਦੋਂ ਵੀ ਉਹਨਾਂ ਨੂੰ ਇਦਾਂ ਦਾ ਕੋਈ ਤਗੜਾ ਥ੍ਰੈਟ ਮਿਲਦਾ ਹੈ ਹਰ ਇੱਕ ਕੰਟਰੀ ਆਪਣੇ ਹਿਸਾਬ ਨਾਲ ਉਹਨਾਂ ਨੂੰ ਮੈਨੇਜ ਕਰਦੀ ਜਿੱਦਾਂ ਹੁਣ ਅਮਰੀਕਾ ਦੀ ਗੱਲ ਕਰੀਏ ਕਿ ਜੂਲੀਅਨ ਸਾਂਚ ਸਿਰਫ ਜਰਨਲਿਸਟ ਸੀ ਉਹਨੂੰ ਕਿੰਨਾ ਟਾਈਮ ਜੇਲ੍ਹ ਦੇ ਵਿੱਚ ਰੱਖਿਆ ਠੀਕ ਹੈ ਫਿਰ ਯੂਕੇ ਸਭ ਤੋਂ ਜ਼ਿਆਦਾ ਵਰਸਟ ਇਸ ਟਾਈਮ ਇੰਡੀਆ ਤੋਂ ਵੀ ਬਹੁਤ ਜ਼ਿਆਦਾ ਖਰਾਬ ਹੈ ਯੂਕੇ ਕੇ 2500 ਬੰਦਾ ਸਿਰਫ ਲੰਡਨ ਦੇ ਵਿੱਚ ਅਰੈਸਟ ਕੀਤਾ ਹੋਇਆ ਕਿਉਂਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਕ੍ਰਿਟੀਸਾਈਜ਼ ਕਰਦੇ ਸੀ ਸਰਕਾਰ ਨੂੰ ਯੂਕੇ ਬ੍ਰਿਟਿਸ਼ ਲੋਗ ਜੋ ਇੱਕ ਐਗਜ਼ਾਮਪਲ ਮੰਨੇ ਜਾਂਦੇ ਨੇ ਫ੍ਰੀडम ਆਫ ਸਪੀਚ ਦੇ ਠੀਕ ਹੈ ਤੇ ਉਥੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਨਾ ਵੀ ਬੈਨ ਹੈ ਟਵਿੱਟਰ ਦੇ ਉੱਤੇ ਹੁਣ ਜੋ ਰੀਸੈਂਟ ਰਾਈਟ ਹੋਏ ਨੇ ਟਵਿੱਟਰ ਦੇ ਉੱਤੇ ਵੀ ਜਿਹੜਾ ਬੰਦਾ ਕਮੈਂਟ ਕਰਦਾ ਸੀ ਜਾਂ ਬੋਲਦਾ ਸੀ ਉਹਨੂੰ ਅਰੈਸਟ ਜਾਂ ਉਹਦੇ ਉੱਤੇ ਕੇਸ ਚੱਲੰਦਿਆ ਕੈਨੇਡਾ ਦੇ ਵਿੱਚ ਕੈਨੇਡਾ ਇਜ਼ ਦਾ ਵਰਸਟ ਵਨ ਅਗੇਨ ਕਿ ਕੋਵਿਡ ਦੇ ਦੌਰਾਨ ਚਾਰ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਉੱਤੇ ਇੱਕ ਸਾਜ਼ਿਸ਼ ਪਾਈ ਗਈ ਪੁਲਿਸ ਆਫੀਸਰ ਨੂੰ ਮਾਰਨ ਦੀ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਕੋਵਿਡ ਦੇ ਟਾਈਮ ਆਪਾਂ ਦੇਖਿਆ ਕਿ ਲੋਕਾਂ ਨੂੰ ਜੇਲ੍ਹ ਵੀ ਹੋਈ ਠੀਕ ਹੈ ਕੋਵਿਡ ਦੇ ਟਾਈਮ ਜੋ ਮੰਡੇਟਸ ਨੂੰ ਜਾਂ ਪ੍ਰੋਟੈਸਟ ਮੰਡੇਟਸ ਦੇ ਅਗੇਂਸਟ ਕਰਦੇ ਸੀ ਤੇ ਹੁਣ ਰੀਸੈਂਟਲੀ ਜੋ ਆਈਡੀਆ ਵੀ ਚਾਹੀਦੀਆਂ ਤੁਹਾਨੂੰ ਇੰਟਰਨੈਟ ਚਲਾਉਣ ਵਾਸਤੇ ਠੀਕ ਹੈ ਉਹ ਵੀ ਜਲਦੀ ਇੰਪਲੀਮੈਂਟ ਹੋਏਗਾ ਤੇ ਆਸਟ੍ਰੇਲੀਆ ਇੰਨਾ ਜ਼ਿਆਦਾ ਖਰਾਬ ਹੁਣ ਹੋ ਗਿਆ ਫਰੀडम ਆਫ ਸਪੀਚ ਦੇ ਅਗੇਂਸਟ ਕਿ ਕੁਝ ਮੈਂ ਸੁਣਦਾ ਪਿਆ ਸੀ ਕਿ ਕੁਝ ਪੋਲਿਟੀਕਲ ਲੀਡਰ ਆਮ ਬੰਦਿਆਂ ਨੂੰ ਸੂ ਕਰ ਰਹੇ ਨੇ ਪੋਲਿਟਿਕਲ ਲੀਡਰ ਜੋ ਪੋਲਿਟਿਕਸ ਦੇ ਵਿੱਚ ਨੇ ਕਿਉਂਕਿ ਉਹ ਆਮ ਬੰਦਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਉੱਤੇ ਕਮੈਂਟ ਕੀਤਾ ਸੀ ਠੀਕ ਹੈ ਤੇ ਉਹ ਬੜੀ ਜੀ ਵਿਚਿਤ੍ਰ ਆਪਾਂ ਸਿਚੁਏਸ਼ਨ ਆਪਾਂ ਕਹਿ ਲਈਏ ਕਿ ਬਣੀ ਰੀਜ਼ਨ ਬੀਨ ਕਿ ਹੁਣ ਜਦੋਂ ਪੋਲਿਟਿਕਸ ਦੇ ਵਿੱਚ ਤੁਸੀਂ ਆ ਗਏ ਹੁਣ ਤੁਸੀਂ ਇਦਾਂ ਦੀ ਪੋਜੀਸ਼ਨ ਦੇ ਉੱਤੇ ਹੋ ਕਿ ਕੋਈ ਵੀ ਬੰਦਾ ਤੁਹਾਨੂੰ ਕ੍ਰਿਟੀਸਾਈਜ਼ ਕਰ ਸਕਦਾ ਠੀਕ ਹੈ ਤੁਸੀਂ ਆਮ ਜਨਤਾ ਦੇ ਉੱਤੇ ਜਾਂ ਜਰਨਲਿਸਟ ਉੱਤੇ ਡੈਫਰਮੇਸ਼ਨ ਦੇ ਕੇਸ ਨਹੀਂ ਬਾਖ ਸਕਦੇ ਠੀਕ ਹੈ ਪੋਲੀਟੀਕਲ ਬੰਦਾ ਖਾਸ ਕਰ ਹਾਂ ਆਮ ਬੰਦਾ ਕਵੇ ਕਿ ਆਮ ਬੰਦੇ ਨੂੰ ਡਿਫੇਮ ਕੀਤਾ ਉਹ ਗੱਲ ਵੱਖਰੀ ਹੈ ਬਟ ਜਦੋਂ ਪੋਲੀਟਿਕਸ ਦੇ ਵਿੱਚ ਆ ਗਏ ਠੀਕ ਹੈ ਉਹ ਗੱਲ ਫਰੀडम ਆਫ ਐਕਸਪ੍ਰੈਸ਼ਨ ਜਾਂ ਫਰੀडम ਆਫ ਸਪੀਚ ਦੇ ਅਗੇਂਸਟ ਜਾਂਦੀ ਹੈ ਤੇ ਉਹ ਜਿੱਦਾਂ ਮੈਂ ਕਿਹਾ ਆਸਟ੍ਰੇਲੀਆ ਬਹੁਤ ਮਾੜਾ ਇਸ ਰਿਗਾਰਡ ਦੇ ਵਿੱਚ ਹੁਣ ਨਾ ਇੱਕ ਮੈਂ ਆਪਣੀ ਗੱਲ ਸੋਚਣ ਦਿਆ ਸੀ ਕਿ ਮੇਰੀ ਇੱਕ ਨਾ ਬੜੀ ਟਾਕਸਿਕ ਜੀ ਟ੍ਰੇਟ ਹੈ ਉਹ ਇਹ ਕਿ ਅਗਰ ਕੋਈ ਆਮ ਬੰਦਾ ਜਾਂ ਕੰਮ ਚ ਕੰਮ ਦੇ ਵਿੱਚ ਜਾਂ ਬਾਹਰ ਸੁਪਰਮਾਰਕਟ ਦੇ ਵਿੱਚ ਕਿਸੇ ਨਾ ਵੀ ਮੇਰਾ ਥੋੜਾ ਜਿਹਾ ਆ ਹੋ ਜਵੇ ਆਦਾਨ ਪ੍ਰਦਾਨ ਸ਼ਬਦਾਂ ਦਾ ਤਾਂ ਜਿਆਦਾ ਮੈਨੂੰ ਫਰਕ ਨਹੀਂ ਪੈਂਦਾ ਠੀਕ ਹੈ ਕਿਉਂਕਿ ਬੰਦੇ ਨੂੰ ਮੈਂ ਨਹੀਂ ਜਾਣਦਾ ਇਹ ਬੰਦਾ ਸਟ੍ਰੇਂਜਰ ਹੋ ਸਕਦਾ ਬਟ ਜਿੰਨਾ ਬੰਦਾ ਮੇਰੇ ক্লোਜ਼ ਹੈ ਨਾ ਠੀਕ ਹੈ ਉਹ ਕੋਈ ਨਾ ਕੋਈ ਇਦਾਂ ਦੀ ਹਰਕਤ ਕਰ ਦੇਵੇ ਕਿ ਜੋ ਮੈਨੂੰ ਨਹੀਂ ਪਸੰਦ ਉਹ ਉਹ ਨਹੀਂ ਮੈਂ ਛੱਡਦਾ ਛੇਤੀ ਠੀਕ ਹੈ ਉਹ ਮੇਰੀ ਇੱਕ ਲਿਸਟ ਦੇ ਵਿੱਚ ਲਾ ਜਾਂਦਾ ਠੀਕ ਹੈ ਇੱਕ ਮੇਰੀ ਖਾਸ ਫਰੈਂਡ ਮੈਂ ਕਹਿ ਲਵਾਂ ਕਿ ਉਹਦੇ ਨਾਲ ਕਦੀ ਨਾ ਕਦੀ ਲੜਾਈ ਹੋਣੀ ਤੇ ਅਪੋਲੋਜੀ ਨਹੀਂ ਮਿਲਨੀ ਮੈਨੂੰ ਤੇ ਉਹ ਚੀਜ਼ ਮੈਨੂੰ ਬੜੀ ਖੱਲਨੇ ਤੇ ਉਹ ਮੈਂ ਫਿਰ ਫਿਊਚਰ ਦੇ ਵਿੱਚ ਕੱਢ ਲਿਆ ਹੁੰਦਾ ਹੁੰਦਾ ਇਹ ਕਿ ਯਾਰ ਉਹ ਚੀਜ਼ ਦੀ ਅਪੋਲੋਜੀ ਮੈਨੂੰ ਨਹੀਂ ਮਿਲੀ ਠੀਕ ਹੈ ਤੇ ਮੈਂ ਰੀਅਲਾਈਜ਼ ਕਰਦਾ ਹੁੰਦਾ ਕਿ ਬੜੀਆਂ ਚੀਜ਼ਾਂ ਬੜੇ ਵਧੀਆ ਮੂਮੈਂਟਸ ਮੈਂ ਰੂਨ ਕਰਤੇ ਕਿਉਂਕਿ ਉਪਰਾਨੇ ਟਾਈਮ ਦੇ ਵਿੱਚ ਮੈਨੂੰ ਅਪੋਲੋਜੀ ਨਹੀਂ ਮਿਲੀ ਜਾਂ ਪੁਰਾਣੇ ਟਾਈਮ ਦੇ ਵਿੱਚ ਉਹ ਜੋ ਇਸ਼ੂ ਸੀ ਉਹ ਰਿਜ਼ੋਲਵ ਨਹੀਂ ਹੋਇਆ ਤੇ ਨਾ ਇੱਕ ਬੁੱਕ ਹੈ ਬੈਡ ਥੈਰੇਪੀ ਉਹ ਬੈਡ ਥੈਰੇਪੀ ਦੇ ਵਿੱਚ ਕੀ ਉਹ ਕੁੜੀ ਦੱਸਦੀ ਉਹਦੀ ਰੀਸੈਂਟਲੀ ਬੁੱਕ ਆਈ ਮੈਂ ਬੁੱਕ ਪੂਰੀ ਤਾਂ ਨਹੀਂ ਪੜੀ ਬਟ ਉਹਦਾ ਕਹਿ ਲਈ ਕਿ ਜੋ ਕਨਕਲੂਜਨ ਸੀ ਕਿ ਜਦੋਂ ਤੁਹਾਨੂੰ ਕੋਈ ਨਾ ਕੋਈ ਇਸ਼ੂ ਹੋਵੇ ਨਾ ਤੁਹਾਡੇ ਬੱਚਿਆਂ ਨੂੰ ਕੋਈ ਇਸ਼ੂ ਹੋਏ ਤੁਸੀਂ ਥੈਰੇਪੀ 'ਚ ਲੈ ਕੇ ਜਾਂਦੇ ਹੋ ਤੇ ਉਹ ਥੈਰੇਪੀ ਦੇ ਵਿੱਚ ਵਾਰ-ਵਾਰ ਉਹ ਇਸ਼ੂ ਨੂੰ ਰਿਪੀਟ ਕਰਵਾਇਆ ਜਾਂਦਾ ਹੈ ਤਉ ਇਸ਼ੂ ਕਦੇ ਰਿਜ਼ੋਲਵ ਨਹੀਂ ਹੁੰਦਾ ਉਹ ਇਸ਼ੂ ਉਥੇ ਹੀ ਬਣਿਆ ਰਹਿੰਦਾ ਕਿਉਂਕਿ ਵਾਰ-ਵਾਰ ਤੁਸੀਂ ਰਿਪੀਟ ਕੀ ਕਰੀ ਜਾ ਰਹੇ ਹੋ ਕਰੀ ਜਾ ਰਹੇ ਹੋ ਕਰੀ ਜਾ ਰਹੇ ਹੋ ਉਹ ਜੋ ਪੇਨ ਹੈ ਤੁਸੀਂ ਵਾਰ-ਵਾਰ ਲੈਂਦੇ ਪਏ ਹੋ ਲੈਂਦੇ ਪਏ ਹੋ ਲੈਂਦੇ ਪਏ ਹੋ ਮੇਰੇ ਨਾਲ ਵੀ ਉਹੀ ਕਿ ਜੋ ਟਾਕਸਿਕ ਟ੍ਰੇਡ ਮੈਂ ਕਿਹਾ ਨਾ ਕਿ ਜੋ ਚੀਜ਼ਾਂ ਰਿਜ਼ੋਲਵ ਨਹੀਂ ਹੋਈਆਂ ਉਹ ਮੇਰੇ ਦਿਮਾਗ ਚ ਬੈਠੀਆਂ ਹੋਈਆਂ ਨੇ ਕਿ ਉਹ ਬੰਦੇ ਨੂੰ ਮੈਂ ਦੇਖਾਂ ਉਹ ਇਸ਼ੂ ਮੇਰੇ ਸਾਹਮਣੇ ਆ ਜਾਂਦਾ ਕਿ ਯਾਰ ਇਹ ਬੰਦੇ ਨੇ ਉਹ ਇਸ਼ੂ ਹੋਇਆ ਤਾਂ ਅਗਰ ਰਿਸੋਲਵ ਨਹੀਂ ਕੀਤਾ ਭਾਵੇਂ ਜਿੰਨਾ ਮਰਜ਼ੇ ਸੰਦੇ ਆ ਜਿੰਨਾ ਮਰਜ਼ੀ ਇਹੀ ਇੰਜੋਏ ਕਰਨਦੇ ਆ ਬਟ ਡੀਪ ਡਾਉਨ ਮੈਨੂੰ ਪਤਾ ਹੈ ਕਿ ਯਾਰ ਇਹ ਬੰਦਾ ਜਾਂ ਬੰਦੀ ਸਟਿਲ owes me an apology ਠੀਕ ਹੈ ਉਹ ਟਾਕਸਿਕ ਰਿਲੇਸ਼ਨਸ਼ਿਪ ਬਾਰੇ ਗੱਲ ਕਰਦਾ ਰਿਹਾ ਵਾਂ ਫਿਰ ਇੱਕ ਹੋਰ ਐਗਜ਼ਾਮਪਲ ਮੈਂ ਦਵਾ ਕਿ ਕਿਸੇ ਬੰਦੇ ਨੂੰ ਮੈਂ ਸੁਣਦਾ ਪਿਆ ਸੀ ਕਿ ਇਮੇਜਿਨ ਕਰੋ ਤੁਸੀਂ 에어ਪੋਰਟ ਤੇ ਹੋ ਤੇ ਤੁਹਾਨੂੰ ਪਤਾ ਤੁਸੀਂ ਬੈਗ ਲੈਣ ਵਾਸਤੇ 에어ਪੋਰਟ ਤੇ ਵੇਟ ਕਰਦੇ ਹੋ ਪ੍ਰੋਬਬਲੀ ਕਦੇ-ਕਦੇ ਅੱਧਾ ਘੰਟਾ ਲੱਗ ਜਾਂਦਾ ਹੈ 45 ਮਿੰਟਸ ਲੱਗ ਜਾਂਦੇ ਨੇ ਤੇ ਕਦੇ-ਕਦੇ ਤੁਹਾਡਾ ਬੈਗ ਨਹੀਂ ਆਉਂਦਾ 1 ਘੰਟਾ 2 ਘੰਟਾ 3 ਘੰਟਾ ਐਟ 1 ਪੁਆਇੰਟ ਆਫ ਟਾਈਮ ਯੂ ਹੈਵ ਟੂ ਡਿਸਾਈਡ ਕਿ ਬੈਗ ਇਜ਼ ਲੌਸਟ ਠੀਕ ਹੈ ਇੱਕ ਟਾਈਮ ਤੁਹਾਡੇ ਤੇ ਹੀ ਇਹ ਤੁਸੀਂ ਬੈਗ ਦੀ ਵੇਟ ਭਾਵੇਂ 3 ਘੰਟੇ ਕਰ ਲਓ 4 ਘੰਟੇ ਕਰ ਲਓ 5 ਘੰਟੇ ਕਰ ਲਓ ਇੱਕ ਟਾਈਮ ਤੇ ਆ ਕੇ ਤੁਹਾਨੂੰ ਡਿਸਾਈਡ ਕਰਨਾ ਪਏਗਾ ਕਿ ਬੈਗ ਹੁਣ ਗਵਾਚ ਚੁੱਕਾ ਹੈ ਠੀਕ ਹੈ ਤੁਸੀਂ ਉੱਥੇ ਬੈਠੇ ਅਗਰ ਰਹੇ ਭਾਵੇਂ ਪੂਰਾ 24 ਘੰਟੇ ਤੁਸੀਂ ਬੈਠੇ ਰਹੇ ਤੁਹਾਡਾ ਅਗਰ ਬੈਗ ਗਵਾ ਗਵਾਚ ਗਿਆ ਤੇ ਉਹ ਵਾਪਸ ਨਹੀਂ ਆਉਣ ਵਾਲਾ ਠੀਕ ਹੈ ਤੁਹਾਨੂੰ ਰਿਪੋਰਟ ਕਰਨੀ ਪਏਗੀ ਜਾ ਕੇ ਮੇਰੇ ਕਹਿਣ ਦਾ ਭਾਵ ਕਿ ਉਹ ਮੂਮੈਂਟ ਕਦੋਂ ਹੋਏਗੀ ਕਿ ਜਦੋਂ ਆਪਾਂ ਵਾਰ-ਵਾਰ 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 ਇੱਕ ਇਸ਼ੂ ਦੀ ਗੱਲ ਯਾ ਇੱਕ ਇਸ਼ੂ ਨੂੰ ਰਿਪੀਟ ਕਰਦੇ ਆ ਕਿ ਯਾਰ ਸਾਡਾ ਨਾ ਇਦਾਂ ਹੋਇਆ ਸੀ ਸਾਡਾ ਨਾ ਇਦਾਂ ਹੋਇਆ ਸੀ ਸਾਡਾ ਨਾ ਇਦਾਂ ਹੋਇਆ ਸੀ ਇੱਕ ਪੁਆਇੰਟ ਤੇ ਆ ਕੇ ਵੀ ਹੈਵ ਟੂ ਸਟਾਪ ਟਾਕਿੰਗ ਅਬਾਊਟ ਇਟ ਠੀਕ ਹੈ ਵੀ ਹੈਵ ਟੂ ਲੈਟ ਇਟ ਗੋ ਠੀਕ ਹੈ ਆਪਾਂ ਨੂੰ ਬੈਗ ਨੂੰ ਲੈਟ ਗੋ ਕਰਨਾ ਚਾਹੀਦਾ ਤੇ ਆਪਣੀ ਗੱਲ ਵੀ ਕਰਾਂ ਇੱਕ ਪੁਆਇੰਟ ਤੇ ਆ ਕੇ ਮੈਨੂੰ ਡਿਸਾਈਡ ਕਰ ਲੈਣਾ ਚਾਹੀਦਾ ਕਿ ਯਾਰ ਇਹ ਇਸ਼ੂ ਰਿਜ਼ੋਲਵ ਨਹੀਂ ਹੋਣਾ ਚਾਹੀਦਾ ਤੇ ਮੈਨੂੰ ਮੂਵ ਔਨ ਹੋਣਾ ਚਾਹੀਦਾ ਜਾਂ ਉਹ ਇਸ਼ੂਜ਼ ਨੂੰ ਐਕਸੈਪਟ ਕਰ ਲੈਣਾ ਚਾਹੀਦਾ ਕਿ ਇਸ਼ੂ ਇਦਾਂ ਹੀ ਰਹਿਣੇ ਨੇ ਇਹ ਰਿਸੋਲਵ ਨਹੀਂ ਹੋਣ ਵਾਲੇ ਉਹ ਮੈਂ ਹੀ ਆ ਕਿਉਂਕਿ ਮੈਂ ਹੀ ਆਪਣੇ ਆਪ ਨੂੰ ਪੇਨ ਦਿੰਦਾ ਪਿਆ ਵਾਂ ਜੂਸ ਬਲੈਕ ਏਸ਼ੀਅਨਸ ਜਿੰਨੀਆਂ ਵੀ ਰੇਸਾਂ ਤੁਸੀਂ ਚੱਕੋ ਹਰੇਕ ਰੇਸ ਦੇ ਨਾਲ ਕੋਸ਼ਣਾ ਕੋਸ਼ ਕੱਲੂਗਾਰਾ ਹੋਇਆ ਠੀਕ ਹੈ ਤੇ ਕੋਸ਼ ਕੱਲੂਗਾਰੇ ਹੋਏ ਨੇ ਕਿ ਉਹਦੀ ਜਸਟੀਫਿਕੇਸ਼ਨ ਵੀ ਨਹੀਂ ਹੋਈ 인ਡੀਪੈਂਡੈਂਸ ਡੇ ਜਦੋਂ ਹੋਇਆ ਜਦੋਂ ਪਾਰਟੀਸ਼ਨ ਹੋਈ ਇੰਡੀਆ ਦੀ 2 ਮਿਲੀਅਨ ਆਂ ਇੰਡੀਅਨ ਮਰੇ ਉੱਚ ਕਿੰਨੇ ਪੰਜਾਬੀ ਹੋਣਗੇ ਕਿਉਂਕਿ ਜ਼ਿਆਦਾਤਰ ਤੇ ਪੰਜਾਬੀ ਹੀ ਸੀ ਜੋ ਇੱਧਰ ਉੱਧਰ ਗਏ 2 ਮਿਲੀਅਨ ਇੰਡੀਅਨ ਮਰੇ ਤੇ ਅੱਜ ਪਾਕਿਸਤਾਨ ਜਦੋਂ ਆਪਾਂ ਪੰਜਾਬ 'ਚ ਗੱਲ ਕਰਦੇ ਆ ਨਾ ਇਹ ਤੇ ਆਪਣੇ ਵੀਰ ਨੇ ਇਹ ਤੇ ਆਪਣੇ ਭਰਾ ਨੇ ਉਹ ਗੁੱਸਾ ਕਿੱਥੇ ਵੇ ਠੀਕ ਉਹ ਗੁੱਸਾ ਕਿੱਥੇ ਵੇ 1984 ਦੇ ਵਿੱਚ ਕਿੰਨੀ ਜਨਤਾ ਕੀ ਉਹ ਮਿਲੀਅਨਸ ਦੇ ਵਿੱਚ ਸੀ ਉਹ ਸੈਂਕੜਿਆਂ ਦੇ ਵਿੱਚ ਸੀ at one point of time we have to decide we have to let it go ਠੀਕ ਹੈ ਮੈਂ ਤੇ ਇਹਦਾ ਇਹ ਸੋਲੂਸ਼ਨ ਮੰਨਦਾ ਹਾਂ ਹੋਰ ਕੀ ਸੋਲੂਸ਼ਨ ਹੋ ਸਕਦਾ ਹੈ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਿਓ ਆਪਾਂ ਗੱਲਬਾਤ ਜਾਂ ਡਿਬੇਟ ਕਰਨ ਦੀ ਕੋਸ਼ਿਸ਼ ਕਰਾਂਗੇ ਬਟ ਮੈਨੂੰ ਨਹੀਂ ਪਤਾ ਕੀ ਸੋਲੂਸ਼ਨ ਹੈ ਠੀਕ ਹੈ ਆਈ ਹੈਵ ਨੋ ਆਈਡੀਆ ਤੇ ਇਦਾਂ ਮੈਨੂੰ ਦੇਖਦਾ ਕਿ ਇੱਕ ਇੱਕ ਪੁਆਇੰਟ ਦੇ ਵਿੱਚ ਆ ਕੇ ਆਪ ਵੀ ਹੈਵ ਟੂ ਸਟਾਪ ਟਾਕਿੰਗ ਅਬਾਊਟ ਇਟ ਠੀਕ ਹੈ ਮੈਂ ਬਹੁਤ ਜਨਤਾ ਨੂੰ ਦੇਖਦਾ ਹਾਂ ਕਿ ਉਹ ਚਾਹੁੰਦੇ ਨੇ ਕਿ ਉਹ ਇਹਦੇ ਉੱਤੇ ਗੱਲ ਕਰਨਾ ਬੰਦ ਕਰ ਦੇਣ ਬਟ ਜੋ ਪੋਲੀਟਿਸ਼ੀਅਨਸ ਨੇ ਆਈ ਥਿੰਕ ਉਹ ਵਾਰ-ਵਾਰ ਇਦਾਂ ਦਾ ਨੈਰੇਟਿਵ ਜਾਣਬੁੱਝ ਕੇ ਕ੍ਰੀਏਟ ਕਰਦੇ ਨੇ ਕਿ ਇਹ ਟੌਪਿਕ ਕਦੇ ਨਾ ਬਾਹਰ ਜਾਵੇ ਇਹ ਟੌਪਿਕ ਦੇ ਉੱਤੇ ਜਨਤਾ ਹਮੇਸ਼ਾ ਗੱਲ ਕਰਦੀ ਰਹੇ ਤਾਂ ਕਿ ਜੋ ਜਨਤਾ ਦਾ ਜੋ ਹੈ ਨਾ ਦਿਮਾਗ ਉਸ ਪਾਸੇ ਵੱਲ ਰਹੇ ਤੇ ਇੱਕ ਹੋਰ ਮੈਂ ਕਹਿ ਲਵਾਂ ਕਿ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤੇ ਪੰਜਾਬੀਆਂ ਨੂੰ ਚੁੱਪ ਕਰਾਉਣਾ ਤੇ ਇੱਕ ਹੁੰਦਾ ਪੰਜਾਬੀਆਂ ਦੀ ਕੰਡੀਸ਼ਨਿੰਗ ਹੁਣ ਕੰਡੀਸ਼ਨਿੰਗ ਦੀ ਜਦੋਂ ਗੱਲ ਆਉਂਦੀ ਨਾ ਇਮੀਗ੍ਰੇਸ਼ਨ ਦਾ ਬੜਾ ਇੱਕ ਤਗੜਾ ਇਸ਼ੂ ਇਹ ਵੀ ਵਨ ਆਫ ਦਾ ਆਨਸਰ ਮੈਨੂੰ ਮਿਲਿਆ ਕਿ ਯਾਰ ਸ਼ਾਇਦ ਪੰਜਾਬੀਆਂ ਦੀ ਕੰਡੀਸ਼ਨਿੰਗ ਇਸ ਤਰੀਕੇ ਨਾਲ ਹੁੰਦੀ ਵੀ ਤੇ ਮੈਂ ਵੀ ਪੋਡਕਾਸਟ ਤੇ ਬੜੀ ਯਾਰੀ ਕਿਹਾ ਕਿ ਯਾਰ ਪੰਜਾਬ ਚਾਪ ਚ ਮਾਹੌਲ ਇਦਾਂ ਗਾਣੇ ਇਦਾਂ ਛੱਡ ਗਏ ਆ ਡਰੱਗ ਇਦਾਂ ਛੱਡ ਕੇ ਸ਼ਾਇਦ ਪੰਜਾਬ ਚ ਮਾਹੌਲ ਬਣਾਇਆ ਜਾ ਰਿਹਾ ਕਿ ਪੰਜਾਬ ਉੱਥੋਂ ਜਾਂ ਤੇ ਉਹਨਾਂ ਦੀ ਜਵਾਨੀ ਖਤਮ ਹੋ ਜਵੇ ਜਾਂ ਜਵਾਨੀ ਉੱਥੋਂ ਨਿਕਲ ਜਾਵੇ ਬਟ ਮੈਂ ਕਾਨਕ੍ਰੀਟ ਪ੍ਰੂਫ ਤੇ ਨਹੀਂ ਹੈ ਮੇਰੇ ਕੋ ਤੇ ਮੈਂ 50-50 ਆ ਦੇ ਉੱਤੇ ਕੀ ਕੀ ਇਦਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਜਾਂ ਕੀ ਇਦਾਂ ਦਾ ਮਾਹੌਲ ਨਹੀਂ ਬਣਾਇਆ ਜਾ ਰਿਹਾ ਹੁਣ ਕੀ ਕੋਈ ਸੈਂਟਰ ਸਰਕਾਰ ਜੋ ਐਕਟਿਵਲੀ ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਕ੍ਰੀਏਟ ਕਰਦੇ ਪਏ ਨੇ ਜਾਂ ਜੋ ਸਟੇਟ ਦੀ ਸਰਕਾਰ ਹੈ ਉਹਨਾਂ ਦਾ ਫੇਲਿਅਰ ਹੈ ਕਿ ਉਹ ਡਿਲੀਵਰੀ ਨਹੀਂ ਕਰ ਪਾਈ ਕਿ ਉਹਨਾਂ ਦਾ ਫੇਲਿਅਰ ਹੈ ਕਿ ਉਹ ਜੋਬ ਹੀ ਕ੍ਰੀਏਟ ਨਹੀਂ ਕਰ ਪਾਈ ਤਾ ਪੰਜਾਬੀ ਜਾਂਦੇ ਪਏ ਨੇ ਕਿ ਸੈਂਟਰ ਸਰਕਾਰ ਹੈਜ਼ ਨੋ ਆਈਡੀਆ ਕਿ ਕੀ ਹੁੰਦਾ ਪਿਆ ਕਿ ਸਟੇਟ ਸਰਕਾਰ ਦੇ ਆਪਣੇ ਫੇਲੀਅਰ ਨੇ ਕੀ ਸਟੇਟ ਸਰਕਾਰ ਦੇ ਆਪਣੇ ਫੇਲੀਅਰ ਨੇ ਕਿ ਉਹ ਡਰਗ ਪ੍ਰੋਬਲਮ ਨੂੰ ਸੋਲਵ ਨਹੀਂ ਕਰ ਪਾਈ ਤੇ ਆਪਾਂ ਬਲੇਮ ਕਰੀ ਜਾਂਦੇ ਹਾਂ ਸੈਂਟਰ ਸਰਕਾਰ ਨੂੰ ਠੀਕ ਹੈ ਆਪਾਂ ਨੂੰ ਨਹੀਂ ਪਤਾ ਕੰਕ੍ਰੀਟ ਪ੍ਰੂਫ ਨਹੀਂ ਆਪਣੇ ਕਿਉਂਕਿ ਇਹ ਸਟੇਟ ਸਰਕਾਰ ਹੈ ਜਾਂ ਸੈਂਟਰ ਸਰਕਾਰ ਹੈ ਹੁਣ ਜਦੋਂ ਪੰਜਾਬੀ ਬਾਹਰ ਜਾਂਦੇ ਨੇ ਤੇ ਮੈਨੂੰ ਜਦੋਂ ਆਨਸਰ ਮਿਲਦਾ ਕਿ ਯਾਰ ਪੰਜਾਬੀ ਨਾ ਫਲੀ ਕਰਦੇ ਪਏ ਨੇ ਜਿੱਦਾਂ ਮੈਂ ਕਿਹਾ ਬਟ ਮੈਂ ਥੋੜਾ ਜਿਹਾ ਰਿਸਰਚ ਤੇ ਕੀਤੀ ਤੇ ਮੈਨੂੰ ਲੱਗਦਾ ਹੁੰਦਾ ਸੀ ਮੈਂ ਆਪਣੇ ਮਮ ਡੈਡ ਨਾਲ ਗੱਲ ਕਰਦੇ ਆ ਸੀ ਤੇ ਅਗਰ ਮੇਰੇ ਪਿੰਡ ਚ 100 ਘਰ ਨੇ ਨਾ 100 ਦੇ 100 ਦੇ ਵਿੱਚੋਂ ਦੋ ਜਣੇ 100 ਦੇ 100 ਚ ਨਹੀਂ ਚਲੋ 99 ਕਹਿ ਲਈਏ ਕਿ ਦੋ ਜਣੇ ਬਾਹਰ ਗਏ ਹੋਏ ਨੇ ਤੇ ਮੈਂ ਪਿੰਡ ਦੀ ਗੱਲ ਸੁਣਦਾ ਵੇਖ ਮੈਂ ਕਹਾ ਓ ਮਾਈ ਗੋਡ ਸਿਚੁਏਸ਼ਨ ਇੰਨੀ ਬੈਡ ਹੈ ਕਿ ਸਾਰੇ ਬਾਹਰ ਹੀ ਜਾਏ ਜਾ ਰਹੇ ਨੇ ਕਿ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਜਾ ਰਹੇ ਨੇ ਤੇ ਇਹ ਪੰਜਾਬੀਆਂ ਨੂੰ ਲੱਗਦਾ ਕਿਉਂਕਿ ਹੁਣ ਮੈਂ ਆਪਣੇ ਪਿੰਡ ਨੂੰ ਦੇਖਿਆ ਤੇ ਮੈਨੂੰ ਲੱਗਾ ਯਾਰ ਸਾਰੇ ਸ਼ਾਇਦ ਪੰਜਾਬ ਦੇ ਵਿੱਚ ਜਾਂ ਸਾਰੇ ਕਪੂਰਥਲੇ ਦੇ ਵਿੱਚ ਇਹੀ ਕੰਮ ਹੈ ਸਾਰੇ ਜਲੰਧਰ ਦੇ ਵਿੱਚ ਇਹੀ ਕੰਮ ਹੈ ਬਟ ਨਹੀਂ ਉਹ ਇੱਕ ਮੇਰਾ ਛੋਟਾ ਲੈਨਸ ਆਪਾਂ ਕਹਿ ਲਈਏ ਤੇ ਇਦਾਂ ਹੀ ਮੈਂ ਪੂਰੇ ਇੰਡੀਆ ਦਾ ਡਾਟਾ ਕੱਢਿਆ ਤੇ ਪਹਿਲੀ ਸਟੇਜ ਦੇ ਸਭ ਤੋਂ ਜ਼ਿਆਦਾ ਬਾਹਰ ਜਾਂਦੇ ਨੇ ਉਹ ਨੇ ਕੇਰਲਾ 6.11% ਉਹਨਾਂ ਦੀ ਪੋਪੂਲੇਸ਼ਨ ਸਟੇਟ ਦੀ ਬਾਹਰ ਜਾਂਦੀ ਪਈ ਹੈ ਦੂਜੇ ਨੰਬਰ ਤੇ ਨੇ ਆਂਧਰਾ ਪ੍ਰਦੇਸ਼ 2.88 ਆਲਮੋਸਟ 3% ਉਹਨਾਂ ਦੀ ਪੋਪੂਲੇਸ਼ਨ ਬਾਹਰ ਜਾਂਦੀ ਪਈ ਹੈ ਤੀਜੇ ਨੰਬਰ ਤੇ ਵਿੱਚ ਤਾਮਿਲਨਾਡੂ 2. 3% ਉਹਨਾਂ ਹੀ ਜਨਤਾ ਬਾਹਰ ਜਾਂਦੀ ਪਈ ਹੈ ਫਿਰ ਚੌਥੇ ਨੰਬਰ ਤੇ ਵੀ ਗੁਜਰਾਤ 1.70% ਫਿਰ ਪੰਜਵੇਂ ਨੰਬਰ ਤੇ ਹੁੰਦਾ ਪੰਜਾਬ 1.60% ਠੀਕ ਹੈ ਆਪਾਂ ਪਹਿਲੇ ਨੰਬਰ ਤੇ ਨਹੀਂ ਕਿ ਸ਼ਾਇਦ ਆਪਾਂ ਨੂੰ ਲੱਗਦਾ ਜਿਉਂ ਹੈ ਪੰਜਾਬ ਬਾਹਰ ਜਾਂਦਾ ਪਿਆ ਆਪਾਂ ਪਰ ਆਪਾਂ ਪਹਿਲੇ ਨੰਬਰ ਤੇ ਨਹੀਂ ਕਿ ਅਗਰ ਆਪਣੀ ਸਿਚੁਏਸ਼ਨ ਮਾੜੀ ਹੈ ਤੇ ਬਾਕੀਆਂ ਸਟੇਟਾਂ ਦੀ ਵੀ ਸਿਚੁਏਸ਼ਨ ਮਾੜੀ ਹੈ ਤਾਂ ਹੀ ਉਹ ਜਨਤਾ ਉੱਥੋਂ ਦੀ ਬਾਹਰ ਨਿਕਲਣਦਈ ਹੈ ਹੁਣ ਇੱਥੇ ਐਗਜ਼ਾਮਪਲ ਮੈਂ ਦਵਾ ਪਿੱਛੇ ਜੇ ਇਨਸੀਡੈਂਟ ਹੋਇਆ ਕਿ ਯੂਕੇ ਦੇ ਵਿੱਚ ਜੋ ਅੰਡਰੇਜ ਕੁੜੀਆਂ ਸੀ ਨਾ ਉਹਨਾਂ ਦੇ ਟਾਰਗੇਟ ਹੁੰਦਾ ਪਿਆ ਇੱਕ ਸਰਟਨ ਕਮਿਊਨਿਟੀ ਟਾਰਗੇਟ ਉਹਨਾਂ ਨੂੰ ਕਰਨ ਲਈ ਹੈ ਕਿ ਉਹਨਾਂ ਨਾਲ ਵਿਆਹ ਕਰਵਾਈਏ ਤੇ ਉਹਨਾਂ ਨੂੰ ਕਨਵਰਟ ਕਰੀਏ ਇੱਕ ਖਬਰ ਬੜੀ ਚੱਲੀ ਸੀ ਕਿ ਪੰਜਾਬ ਦੇ ਵਿੱਚ ਬਹੁਤ ਏ ਖਬਰ ਚੱਲੀ ਕਿ ਸਿੱਖਾਂ ਦੀਆਂ ਕੁੜੀਆਂ ਨੂੰ ਟਾਰਗੇਟ ਕਰਨ ਲਈ ਹੈ ਜਨਤਾ ਇੱਕ ਸਰਟਨ ਕਮਿਊਨਿਟੀ ਠੀਕ ਹੈ ਸ਼ਾਇਦ ਤੁਸੀਂ ਸੁਣੀ ਹੋਵੇ ਤੇ ਉਦੋਂ ਲੱਗਾ ਯਾਰ ਓ ਮਾਈ ਗੋਡ ਕਿ ਸਿੱਖਾਂ ਦੇ ਨਾਲ ਦੁਸ਼ਮਣੇ ਸਿੱਖਾਂ ਦੇ ਨਾਲ ਦੁਸ਼ਮਣੇ ਉਹਨੂੰ ਕਹਿੰਦੇ ਨੇ ਚੈਰੀ ਪਿਕਿੰਗ ਕਿ ਕਦੀ ਕਦੀ ਆਪਾਂ ਉਹੀ ਸੁਣਦੇ ਆ ਜੋ ਆਪਾਂ ਸੁਣਨਾ ਚਾਹੁੰਦੇ ਆ ਫਿਰ ਉਹ ਮੈਂ ਖਬਰ ਪੜੀ ਉਹ ਸਿਰਫ ਸਿੱਖਾਂ ਦੇ ਪ੍ਰਤੀ ਨਹੀਂ ਸੀ ਉਹ ਸਾਰੀਆਂ ਕਮਿਊਨਿਟੀਆਂ ਦੇ ਪ੍ਰਤੀ ਸੀ ਠੀਕ ਹੈ ਉਸ ਜਿਹੜੀ ਕਮਿਊਨਿਟੀ ਟਾਰਗੇਟ ਕਰਨ ਦੀ ਸੀ ਨਾ ਉਹ ਸਾਰਿਆਂ ਨੂੰ ਹੀ ਟਾਰਗੇਟ ਕਰਨ ਦੇ ਸੀ ਕਿ ਕੇਸ ਸਿੱਖ ਨੇ ਦੇਖਿਆ ਕਿ ਯਾਰ ਸਿੱਖਾਂ ਦੀ ਕੁੜੀ ਨੂੰ ਟਾਰਗੇਟ ਕੀਤਾ ਉਹਨੇ ਸਿਰਫ ਉਹ ਚੀਜ਼ ਤੇ ਫੋਕਸ ਕੀਤਾ ਇਹ ਇਸ਼ੂ ਬੜਾ ਬ੍ਰਾਡ ਸੀ ਠੀਕ ਹੈ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਕਿ ਕਦੀ ਕਦੀ ਉਹ ਜੋ ਮਾਹੌਲ ਹੈ ਨਾ ਸਾਰਿਆਂ ਤੇ ਬਣਿਆ ਹੁੰਦਾ ਠੀਕ ਹੈ ਸਿਰਫ ਇੱਕ ਕਮਿਊਨਿਟੀ ਨੇ ਬਣਿਆ ਹੁੰਦਾ ਤੇ ਹੁਣ ਅ ਮੇਰਾ ਕਨਕਲੂਜਨ ਇਹੀ ਹੈ ਕਿ ਦੋ ਚੀਜ਼ਾਂ ਨੇ ਇੱਕ ਤੇ ਇੰਡੀਆ ਬਿਟਰੇਡ ਅਸ ਫਿਰ ਦੂਜਾ ਹੈ ਜੀ ਇੰਡੀਆ ਗਵਰਨਮੈਂਟ ਬਿਟਰੇਡ ਅਸ ਠੀਕ ਹੈ ਇਹ ਦੋ ਚੀਜ਼ਾਂ ਬੜੀਆਂ ਵੱਖਰੀਆਂ ਵੱਖਰੀਆਂ ਨੇ ਤੇ ਇਹਦੇ ਵਿੱਚ ਫਰਕ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਆਪਾਂ ਅ ਆਪਾ ਪ੍ਰੋਟੈਸਟ ਹੁੰਦੇ ਨੇ ਬਾਹਰ ਲੇ ਮੁਲਕਾਂ ਦੇ ਵਿੱਚ ਵੈਸਟ ਕੰਟਰੀਜ਼ ਦੇ ਵਿੱਚ ਨਗਰ ਕੀਰਤਨ ਕੱਢੇ ਜਾਂਦੇ ਨੇ ਬੜੇ ਕਈ ਕਈ ਨਾ ਵਾਇਲੈਂਟ ਤਰੀਕੇ ਦੇ ਨਾਲ ਉਹ ਨਗਰ ਕੀਰਤਨ ਦੇ ਵਿੱਚ ਹੀ ਚੀਜ਼ਾਂ ਹੁੰਦੀਆਂ ਨੇ ਤੇ ਫਰਕ ਆਪਾਂ ਜਾਣੀਏ ਕਿ ਕੀ ਇੰਡੀਆ ਨੇ ਧੋਖਾ ਕੀਤਾ ਜਾਂ ਇੰਡੀਆ ਦੀ ਉਸ ਟਾਈਮ ਦੀ ਸਰਕਾਰ ਨੇ ਧੋਖਾ ਕੀਤਾ ਦੋ ਚੀਜ਼ਾਂ ਨੇ ਤੇ ਇਹਦਾ ਫਰਕ ਜਾਣੀਏ ਕਿ ਸ਼ਾਇਦ ਜਾਣ ਬੁੱਝ ਕੇ ਇਹ ਫਰਕ ਨੂੰ ਮਿਟਾਇਆ ਜਾ ਰਿਹਾ ਕਿ ਉਹ ਜੋ ਆਪਣੀ ਜਨਤਾ ਹੈ ਨਾ ਭੋਲੀ ਭਾਲੀ ਉਹ ਸਿਰਫ ਇੰਡੀਆ ਦੇ ਪ੍ਰਤੀ ਹੇਟ ਕਰੇ ਠੀਕ ਹੈ ਇੰਡੀਆ ਦੇ ਇੱਕ ਯਾਰ ਭੂਮੀ ਹੈ ਇੰਡੀਆ ਦੇ ਉੱਤੇ ਆਈ ਥਿੰਕ ਮੈਂ ਪੜ੍ਹਨ ਲਿਆ ਸੀ ਕਿ 17 ਤਰ੍ਹਾਂ ਦੀਆਂ ਸਰਕਾਰਾਂ ਆਈਆਂ ਨੇ ਕਿ ਪੁਰਾਣੇ 4-5000 ਪਿੱਛੇ ਮੈਂ ਚੱਲ ਜਾ ਮੂਗਲ ਕਹਿ ਲਈਏ ਬ੍ਰਿਟਿਸ਼ ਕਹਿ ਲਈਏ ਫ੍ਰੈਂਚ ਕਹਿ ਲਈਏ 17 ਤਰ੍ਹਾਂ ਦੀਆਂ ਜਨਤਾ ਨੇ ਇੰਡੀਆ ਨੂੰ ਰੂਲ ਕੀਤਾ ਉਹ ਇੰਡੀਆ ਤੇ ਉੱਥੇ ਹੀ ਹੈ ਇੰਡੀਆ ਤੇ ਸਿਰਫ ਇੱਕ ਭੂਮੀ ਹੈ ਸਿਰਫ ਇੱਕ ਲੋਕੇਸ਼ਨ ਹੈ ਜੀਓਗ੍ਰਾਫੀਕਲ ਲੋਕੇਸ਼ਨ ਉਹਦੇ ਉੱਤੇ ਜੋ ਜਨਤਾ ਆਈ ਹੈ ਨਾ ਉੰਨਾ ਦਾ ਕਸੂਰ ਆਪਾਂ ਕਹਿ ਲਈਏ ਕਿ ਅੱਜ ਆਪਾਂ ਕਹਿ ਸਕਦੇ ਕਿ ਯਾਰ ਇੰਡੀਆ ਸਰਕਾਰ ਹਾਂ ਹੋ ਸਕਦਾ ਕਿ ਸਰਟਨ ਕਮਿਊਨਿਟੀਜ਼ ਨਾਲ ਮਾਰਾ ਕਰਦੀ ਹੋਵੇ ਤੇ ਉਹ ਸਰਕਾਰ ਦੇ ਅਗੇਂਸਟ ਆਪਾਂ ਕਰ ਸਕਦੇ ਆਪਾਂ ਇੰਡੀਆ ਦੇ ਤਿਰੰਗੇ ਨਹੀਂ ਸਾੜ ਸਕਦੇ ਆਪਾਂ ਇੰਡੀਆ ਦਾ ਝੰਡਾ ਨਹੀਂ ਸਾੜ ਸਕਦੇ ਥੈਟ ਇਜ਼ ਰੀਲੀ ਬੈਡ ਮੈਨ ਠੀਕ ਹੈ ਤੇ ਮੈਂ ਪ੍ਰਾਊਡ ਇੰਡੀਅਨ ਆ ਤੇ ਆਈ ਨੋ ਕਿ ਬਹੁਤ ਚੀਜ਼ਾਂ ਫਿਕਸ ਹੋ ਸਕਦੀਆਂ ਨੇ ਤੇ ਹੋਣਗੀਆਂ ਵੀ ਫਿਊਚਰ ਦੇ ਵਿੱਚ ਕਿ ਸਰਕਾਰਾਂ ਉੰਡੀਆਂ ਜਾਂਦੀਆਂ ਰਹਿਣਗੀਆਂ ਤੇ ਆਪਾਂ ਫੋਕਸ ਕਰੀਏ ਐਂਟੀਟੀਆਂ ਦੇ ਉੱਤੇ ਠੀਕ ਹੈ ਆਪਾਂ ਫੋਕਸ ਕਰੀਏ ਗਰੁੱਪਸ ਦੇ ਉੱਤੇ ਆਪਾਂ ਫੋਕਸ ਕਰੀਏ ਕਿ ਸ਼ਾਇਦ ਕੋਈ ਰਿਲੀਜੀਅਨ ਮਾੜੀ ਚੀਜ਼ ਕਰਨ ਦੀ ਹੈ ਜਾਂ ਰਿਲੀਜੀਅਨ ਦਾ ਕੋਈ ਲੀਡਰ ਮਾੜੀ ਚੀਜ਼ ਕਰਨ ਦਿਆ ਬਟ ਜੋ ਇੰਟੈਂਸ਼ਨ ਹੈ ਪੂਰੇ ਇੰਡੀਆ ਦੀ ਆਈ ਥਿੰਕ ਪੂਰੀ ਇੰਡੀਆ ਦੀ ਪੋਪੂਲੇਸ਼ਨ ਦੀ ਆਪਾਂ ਗੱਲ ਕਰੀਏ ਤੇ ਓਵਰ ਆਲ ਭਾਵੇਂ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਹਰੇਕ ਨੂੰ ਆਪਣੀ ਲਾਈਫ ਦੇ ਨਾਲ ਕੇਅਰ ਠੀਕ ਹੈ ਹਰੇਕ ਬੰਦਾ ਨੋਰਮਲ ਬੰਦਾ ਪਿਆਰ ਨਾਲ ਰਹਿਣਾ ਚਾਹੁੰਦਾ ਕੋਈ ਵੀ ਬੰਦਾ ਕੌਨਫਲਿਕਟ ਨਹੀਂ ਚਾਹੁੰਦਾ ਠੀਕ ਹੈ ਤੇ ਇਹ ਜੋ ਪਾਵਰਫੁਲ ਬੰਦੇ ਬੈਠੇ ਨੇ ਨਾ ਇਹ ਹੀ ਕਿਤੇ ਨਾ ਕਿਤੇ ਨੈਰੇਟਿਵ ਕ੍ਰੀਏਟ ਕਰਦੇ ਨੇ ਤੇ ਜਦੋਂ ਧਰਮ ਦੀ ਵੀ ਗੱਲ ਆਉਂਦੀ ਹੈ ਕੋਈ ਵੀ ਧਰਮ ਰੱਬ ਨਹੀਂ ਸਿਖਾਉਂਦਾ ਕੋਈ ਨਹੀਂ ਸਿਖਾਉਂਦਾ ਵਾਇਲੈਂਟ ਤਰੀਕੇ ਨਾਲ ਕਿਸੇ ਵੀ ਚੀਜ਼ ਨੂੰ ਰਿਸੋਲਵ ਕਰਨਾ ਠੀਕ ਹੈ ਆਪਾਂ ਰਕਸ਼ਾਲੀ ਆਪਣੇ ਕਰ ਸਕਦੇ ਹਾਂ ਹਥਿਆਰ ਚੁੱਕ ਸਕਦੇ ਹਾਂ ਬਟ ਸੁਸਾਈਡ ਬੋਮਿੰਗ ਐਂਡ ਕਿਲਿੰਗ ਜਸ ਰੈਂਡਮਲੀ ਦੈਟਸ ਨੋਟ ਗੁੱਡ ਮੈਨ ਤੇ ਰੀਸੈਂਟਲੀ ਮੈਨੂੰ ਇੱਕ ਮੇਰੇ ਬੜੇ ਬੈਸਟ ਫਰੈਂਡ ਦੇ ਨਾਲ ਗੱਲ ਹੁੰਦੀ ਪਈ ਸੀ ਅਮਰੀਕਾ ਦੇ ਵਿੱਚ ਤੇ ਉਹਨੇ ਟਰੱਕ ਚਲਾਉਂਦਾ ਪਿਆ ਤੇ ਪਿੱਛੇ ਦਾ ਉਹਦੇ ਖਾਲਸਾਂ ਦੇ ਝੰਡਾ ਸੀ ਤੇ ਮੈਂ ਕਹਾ ਕੀ ਹਸਦਾ ਵੇ ਤੇ ਉਹਨੇ ਬੜੇ ਕੈਜੂਅਲੀ ਕਿਹਾ ਕਹਿੰਦੇ ਇਹਨੇ ਤਾਂ ਪੀਆਰ ਕਰਾਉਣੀ ਸਾਡੀ ਠੀਕ ਹੈ ਅਸਾਈਲਮ ਦਾ ਕੇਸ ਲੱਗਾ ਸੀ ਕਹਿੰਦੇ ਇਹਨੇ ਤਾਂ ਪੀਆਰ ਕਰਾਉਣੀ ਸਾਡੀ ਤੇ ਜਿੰਨੇ ਵੀ ਪ੍ਰੋਟੈਸਟ ਹੁੰਦੇ ਨੇ ਉਹਦੇ ਵਿੱਚ ਕਿੰਨੀ ਜਨਤਾ ਇਦਾਂ ਦੀ ਹੋਏਗੀ ਕਿ ਜੋ ਪੀਆਰ ਵਾਸਤੇ ਉੱਥੇ ਪਹੁੰਚੀ ਹੋਈ ਹੈ ਇਹ ਫੈਕਟਰ ਨੂੰ ਵੀ ਆਪਾਂ ਨੂੰ ਕਨਸਿਡਰ ਕਰਨਾ ਪਏਗਾ ਤੇ ਮੈਂ ਚਾਹੁੰਦਾ ਵਾਂ ਕਿ ਸਾਰੇ ਬੰਦੇ ਹਾਰਮਨੀ ਦੇ ਨਾਲ ਰਹਿਣ ਠੀਕ ਹੈ ਅਗਰ ਕੋਈ ਵਧੀਆ ਮਾਹੌਲ ਜਾਂ ਫੈਸਟੀਵਲ ਹੁੰਦਾ ਵੀ ਅਜਿਹਾ ਆਜ਼ਾਦੀ ਵਾਲਾ ਦਿਨ ਠੀਕ ਹੈ ਆਪਾਂ ਕੋਈ ਐਕਸਕਿਊਜ਼ ਨਾ ਲੱਭੀਏ ਕਿ ਉਹਨੂੰ ਹੇਟ ਦੇ ਵਿੱਚ ਕਨਵਰਟ ਕਰਨ ਦਾ ਠੀਕ ਹੈ ਖੁਸ਼ੀ ਵਾਲਾ ਮਾਹੌਲ ਹੈ ਖੁਸ਼ੀ ਦੇ ਨਾਲ ਉਹਨਾਂ ਆਪਾ ਕੱਢੀਏ ਤੇ ਜਦੋਂ ਮੈਂ ਪੋਲਿਟਿਕਸ ਦੀ ਗੱਲ ਕਰਦਾ ਵਾਂ ਜਾਂ ਸੌਰੀ ਪੋਲਿਟਿਸ਼ੀਅਨਸ ਦੀ ਗੱਲ ਕਰਦਾ ਵਾਂ ਕਿ ਉਹ ਜਾਣ ਬੁੱਝ ਕੇ ਇਦਾਂ ਦਾ ਨੈਰੇਟਿਵ ਕ੍ਰੀਏਟ ਕਰਦੇ ਨੇ ਕਿ ਫੋਕਸ ਸਿਰਫ ਇੰਡੀਆ ਦੇ ਵਿੱਚ ਹੀ ਜਾਵੇ ਤੇ ਉਹ ਇਸ ਲਈ ਕਰਦੇ ਨੇ ਕਿ ਜਦੋਂ ਜਦੋਂ ਤੁਹਾਡਾ ਫੋਕਸ ਪੂਰੇ ਇੰਡੀਆ ਦੇ ਵਿੱਚ ਗਿਆ ਤੇ ਜਿਹੜਾ ਇੰਡੀਆ ਦੇ ਵਿੱਚ ਆਮ ਬੰਦਾ ਹੈ ਨਾ ਉਹ ਵੀ ਤੁਹਾਨੂੰ ਹੇਟ ਕਰਨ ਲੱਪੇਗਾ ਉਹ ਵੀ ਤੁਹਾਡੇ ਨੈਰੇਟਿਵ ਨੂੰ ਸਪੋਰਟ ਨਹੀਂ ਕਰੇਗਾ ਉਹ ਵੀ ਤੁਹਾਡੀ ਸਾਈਡ ਨਹੀਂ ਸੁਨੇਗਾ ਕਿਉਂਕਿ ਜਦੋਂ ਤੁਸੀਂ ਕਹਿੰਦੇ ਯਾਰ ਸਾਰਾ ਇੰਡੀਆ ਇਦਾਂ ਦਾ ਠੀਕ ਹੈ ਉਥੇ ਵੀ ਤੁਸੀਂ ਆਪਣੇ ਦੁਸ਼ਮਣ ਆਪ ਬਣਾਉਣ ਤੇ ਪਏ ਹੋ ਤੇ ਇਸ ਲਈ ਫੋਕਸ ਕਰੀਏ ਕਿ ਜੋ ਐਂਟੀਟੀਆਂ ਨੇ ਸਰਕਾਰ ਨੇ ਉਹਨਾਂ ਨੂੰ ਆਪਾਂ ਕ੍ਰਿਟੀਸਾਈਜ਼ ਕਰੀਏ ਤੇ ਕਿਸੇ ਵੀ ਚੀਜ਼ ਦਾ ਸੋਲੂਸ਼ਨ ਲਿਆਉਣ ਦੀ ਆਪਾਂ ਕੋਸ਼ਿਸ਼ ਕਰੀਏ ਨਾ ਕਿ ਜਸਟ ਐਦਾਂ ਹੀ ਚੀਜ਼ਾਂ ਕ੍ਰੀਏਟ ਕਰੀਏ ਜਿੰਦ ਲਈ ਕੋਈ ਤੁਕ ਨਹੀਂ ਬੰਦੀ ਤੇ ਇਹ ਸੀ ਆਜ ਦਾ ਐਪੀਸੋਡ ਹੋਪਫੁਲੀ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਆਪਾਂ ਹੋਰ ਗੱਲਾਂ ਬਾਤ ਕਰਦੇ ਰਾਂਗੇ ਹੁਣ ਮਿਲਦੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਮੈਂ ਤੁਹਾਡਾ ਆਪਣਾ ਕਾਕਾ ਬੱਲੀ ਨਾਮ ਰੱਖਣ ਦੀ ਕੋਸ਼ਿਸ਼ ਕਰਾਂ ਸਸੇਤਾ